ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਸਟੂਡੀਓ ਦੇ ਵਿੱਚ ਔਰ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਵੀਜ਼ਾ ਮਹਾਸ਼ਰਮ ਨਾਲ ਹਾਜ਼ਰ ਨੇ। ਅੱਜ ਖਾਸ ਤੌਰ ਤੇ ਸਟੂਡੀਓ ਵਿੱਚ ਇਨਵਾਈਟ ਕੀਤਾ ਦ ਇਮੀਗ੍ਰੇਸ਼ਨ ਲਾਂਚ ਤੋਂ ਮਿਸਟਰ ਜਤਿਨ ਸਾਨੀ ਹੁਣਾਂ ਨੂੰ ਜੋ ਕਿ CICC ਮੈਂਬਰ ਨੇ, ਗਵਰਨਮੈਂਟ ਆਫ ਸਕੈਚੁਅਨ ਤੋਂ ਵੀ ਜੋ ਕਿ ਅਪਰੂਵਡ ਨੇ। ਪਿਛਲੀ ਵਾਰ ਜਦੋਂ ਸ਼ੋਅ ਦੇ ਵਿੱਚ ਉਹਨਾਂ ਦਾ ਮਿਲਿਆ ਸੀ ਤਾਂ ਉਹ ਕੈਂਡੀਡੇਟਸ ਨੂੰ ਨਾਲ ਸਟੂਡੀਓ ਵਿੱਚ ਲੈ ਕੇ ਆਇਆ ਸੀ ਜਿਨ੍ਹਾਂ ਦਾ ਆਲਰੇਡੀ ਮੇਨ ਐਪਲੀਕੈਂਟ ਜਾਂ ਜਿਨ੍ਹਾਂ ਦਾ ਸਪਾਊਸ ਕੈਨੇਡਾ ਦੇ ਵਿੱਚ ਆ ਔਰ ਓਪਨ ਵਰਕ ਪਰਮਿਟ ਜਿਨ੍ਹਾਂ ਦੀ ਫਾਈਲਸ ਲੱਗੀਆਂ ਸੀ, ਉਹਨਾਂ ਦੇ ਵੀਜ਼ੇ ਆਏ ਸੀ। 8 ਤੋਂ 10 ਕੈਂਡੀਡੇਟ ਸੀ ਉਹ। ਅੱਜ ਵੀ 4 ਤੋਂ 5 ਕੈਂਡੀਡੇਟ ਐਸੇ ਨੇ ਜਿਨ੍ਹਾਂ ਦਾ ਨੈਕਸਟ ਵੀਕ ਯਾਨੀ ਅਗਲੇ ਹਫਤੇ ਹੀ ਰਿਜ਼ਲਟ ਆਇਆ ਔਰ ਪਾਸਪੋਰਟ ਜਦੋਂ ਸਾਨੂੰ ਮਿਲਿਆ ਤੇ ਅਸੀਂ ਫਿਰ ਇੱਕ ਵਾਰ ਉਹਨਾਂ ਨੂੰ ਇਨਵਾਈਟ ਕਰ ਲਿਆ। ਅੱਜ ਸਾਰੇ ਉਹਨਾਂ ਐਪਲੀਕੈਂਟਸ ਦਾ ਤੁਹਾਨੂੰ ਮਿਲਵਾਵਾਂਗੇ ਜਿਨ੍ਹਾਂ ਦਾ ਓਪਨ ਵਰਕ ਪਰਮਿਟ ਕੈਨੇਡਾ ਦੇ ਅਪਰੂਵ ਹੋਏ ਨੇ। ਸੋ ਬਹੁਤ ਖੁਸ਼ਖਬਰੀ ਦੀ ਗੱਲ ਹੈ ਉਹਨਾਂ ਐਪਲੀਕੈਂਟਸ ਦੀ ਜਿਨ੍ਹਾਂ ਦੀ ਫਾਈਲ ਸਾਡੇ ਵੀ ਮੈਸੇਜ ਪਈਆਂ ਜਾਂ ਜਿਹੜੇ ਓਪਨ ਵਰਕ ਪਰਮਿਟ ਤੇ ਫਾਈਲ ਲਾਉਣ ਬਾਰੇ ਸੋਚ ਰਹੇ ਨੇ। ਗੱਲ ਕਰਾਂਗੇ ਜਤਿਨ ਸਾਨੀ ਹੁਣਾਂ ਦਾ ਜੋ ਕਿ CICC ਮੈਂਬਰ ਨੇ ਔਰ CICC ਮੈਂਬਰ ਉਹ ਮੈਂਬਰ ਹੁੰਦੇ ਨੇ ਜੋ ਕਿ ਕੈਨੇਡਾ ਸਰਕਾਰ, ਕੈਨੇਡਾ ਹਾਈ ਕਮਿਸ਼ਨ ਤੋਂ ਅਪਰੂਵਡ ਹੁੰਦੇ ਨੇ, ਤੁਹਾਨੂੰ ਸੱਚੀ ਸੁੱਚੀ ਜਾਣਕਾਰੀ ਦੇਣ ਲਈ ਵਚਨਬੱਧ ਹੁੰਦੇ ਨੇ। ਸੋ ਸਾਰੇ ਸਭ ਤੋਂ ਸਵਾਗਤ ਹੈ। ਥੈਂਕ ਯੂ ਮਨੀਸ਼ ਜੀ ਇਨਵਾਈਟ ਕਰਨ ਵਾਸਤੇ ਤੇ ਸਾਰੇ ਵਿਊਵਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਸਾਰੇ ਸਭ, ਹਜੇ ਵੀ ਲੋਕਾਂ ਦੇ ਮਨਾਂ ਵਿੱਚ ਬਹੁਤ ਸ਼ੰਕਾ ਆਏ ਨੇ ਕਿ ਓਪਨ ਵਰਕ ਪਰਮਿਟ ਦੇ ਵੀਜ਼ੇ ਨਹੀਂ ਲੱਗ ਰਹੇ। ਅਸੀਂ 8-10 ਵੀਜ਼ੇ ਪਿਛਲੇ ਐਪੀਸੋਡ ਦੇ ਵਿੱਚ ਆਏ ਸੀ ਆਪਣੇ, ਪਰ ਅੱਜ ਵੀ ਮੇਰੇ ਕੋਲ ਲਿਸਟ ਪਈ ਹੈ ਜਿਹਦੇ ਵਿੱਚ 6-7 ਵੀ ਪਾਸਪੋਰਟ ਰਿਸੀਵ ਹੋਏ ਨੇ ਉਹਨਾਂ ਦੇ। ਮੈਂ ਚਾਹਾਂਗਾ ਕਿ ਸ਼ੋਅ ਦੇ ਦੌਰਾਨ ਆਪਾਂ ਪਾਸਪੋਰਟ ਵੀ ਵਿਖਾਈਏ ਔਰ ਕੈਂਡੀਡੇਟਸ ਵੀ ਅਜੇ ਸਟੂਡੀਓ ਵਿੱਚ ਅਸੀਂ ਇਨਵਾਈਟ ਕੀਤੇ ਹੋਏ ਆ ਉਹਨਾਂ ਨੂੰ ਵੀ ਦਰਸ਼ਕਾਂ ਦੇ ਰੂਬਰੂ ਕਰਵਾਈਏ ਤਾਂ ਕਿ ਲੋਕਾਂ ਨੂੰ ਪ੍ਰਸ਼ਨ ਬਣ ਜਾਏ ਕਿ ਵਾਕਈ ਵੀਜ਼ੇ ਆਉਂਦੇ ਆ। ਤੇ ਹੁਣ ਸਵਾਲ ਸਭ ਤੋਂ ਪਹਿਲਾਂ ਇਹ ਕਿ ਵੀਜ਼ਿਆਂ ਨਾਲ ਰਿਫਿਊਜ਼ਲ ਕਿੰਨੀ ਹੈ ਇਸ ਪ੍ਰੋਫਾਈਲ ਵਾਲੇ ਬੱਚਿਆਂ ਦੇ ਜਿਨ੍ਹਾਂ ਨੇ ਓਪਨ ਵਰਕ ਪਰਮਿਟ ਤੇ ਫਾਈਲਾਂ ਲਾਈਆਂ ਹੋਈਆਂ? ਦੇਖੋ ਮਨੀਸ਼ ਜੀ, ਹਾਲਾਂਕਿ ਵੀਜ਼ੇਸ ਕਾਫੀ ਅੱਛੇ ਨੰਬਰ 'ਚ ਆ ਰਹੇ ਨੇ ਬਿਕੋਜ਼ ਐਸ ਪਰ ਕੈਨੇਡਾ ਜਿਹੜੀ ਸਰਕਾਰ ਨੇ ਖਾਸ ਕਰ ਧਿਆਨ ਦਿੱਤਾ ਜਿਹੜੇ ਵਰਕ ਪਰਮਿਟ ਐਪਲੀਕੇਸ਼ਨਸ ਹੈਗੀਆਂ, ਬਟ ਅਪਰੂਵਲਸ ਤੋਂ ਇਲਾਵਾ ਦੇਖੋ ਰਿਫਿਊਜ਼ਲਸ ਵੀ ਆ ਰਹੀਆਂ ਨੇ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ 100% ਅਪਰੂਵਲ ਰੇਟ ਹੋ ਗਿਆ, ਜਿਹੜਾ ਕਿ ਪੋਸੀਬਲ ਹੈ ਹੀ ਨਹੀਂ। ਸੋ ਅਸੀਂ ਗੱਲ ਕਰਾਂਗੇ ਖਾਸ ਕਰਕੇ ਇਹੋ ਜਿਹੇ ਐਪਲੀਕੈਂਟਸ ਨੇ ਜਿਨ੍ਹਾਂ ਨੂੰ ਰਿਫਿਊਜ਼ਲਸ ਵੀ ਆ ਰਹੀਆਂ ਨੇ। ਸੋ ਧਿਆਨ ਦੇਣ ਵਾਲੀ ਗੱਲ ਇਹ ਹੈ ਜੇ ਤੁਹਾਡਾ ਸਪਾਊਸ ਕੈਨੇਡਾ 'ਚ, ਜਿਹਦੀ ਕਿ ਸਟੱਡੀ ਹੁਣ ਰੀਸੈਂਟਲੀ ਹੀ ਖਤਮ ਹੋ ਗਈ, ਯਾਨੀ ਕਿ ਜਿਵੇਂ ਅਪ੍ਰੈਲ ਟਰਮ ਜਿਹੜੀ ਆਲਮੋਸਟ ਖਤਮ ਹੋਈ ਹੈ ਹੁਣੇ, ਤੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇ ਉਹਨਾਂ ਦਾ ਕੋਰਸ ਖਤਮ ਹੋ ਗਿਆ ਤੇ ਉਹਨਾਂ ਨੂੰ ਇਮੀਡੀਏਟਲੀ ਦੇਖੋ ਪਹਿਲਾਂ ਤਾਂ ਆਪਣਾ ਸਟੇਟਸ ਚੇਂਜ ਕਰਨ ਵਾਸਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਪਲੀਕੇਸ਼ਨ ਸਬਮਿਟ ਕਰ ਦੇਣੀ ਚਾਹੀਦੀ ਹੈ। ਬਟ ਇਹਦੇ ਸਰਾਊਂਡਿੰਗ ਬਹੁਤ ਸਾਰੀ ਕਨਫਿਊਜ਼ਨ ਹੈਗੀ ਹੈ ਸਟੂਡੈਂਟਸ ਦੇ ਮਾਈਂਡ ਦੇ ਵਿੱਚ ਕਿ ਅਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਪਲੀਕੇਸ਼ਨ ਕਦੋਂ ਸਬਮਿਟ ਕਰਨੀ ਹੈ। ਸੋ ਇਹਦਾ ਸਿੰਪਲ ਜਿਹਾ ਦੇਖੋ ਐਗਜ਼ਾਮਪਲ ਇਹ ਹੈਗਾ ਕਿ ਜਦੋਂ ਤੁਹਾਡੇ ਗ੍ਰੇਡਸ ਚੜ੍ਹ ਜਾਂਦੇ ਆ ਤੁਹਾਡੇ ਆਨਲਾਈਨ ਪੋਰਟਲ ਦੇ ਅੰਦਰ, ਸੋ ਤੁਸੀਂ ਉਸ ਤੋਂ ਬਾਅਦ ਆਪਣੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਪਲੀਕੇਸ਼ਨ ਸਬਮਿਟ ਕਰ ਸਕਦੇ ਹੋ। ਦੇਖੋ ਇੱਕ ਸਪੈਸ਼ਲ ਐਗਜ਼ੈਂਪਸ਼ਨ ਦਿੱਤੀ ਹੋਈ ਹੈ ਗਵਰਨਮੈਂਟ ਆਫ ਕੈਨੇਡਾ ਨੇ ਕਿ ਕੋਵਿਡ ਦੇ ਕਰਕੇ 31 ਅਗਸਤ 2022 ਤੱਕ ਜੇ ਤੁਹਾਡੇ ਕੋਲ ਤੁਹਾਡੀਆਂ ਟਰਾਂਸਕ੍ਰਿਪਟਸ ਤੇ ਕੰਪਲੀਸ਼ਨ ਲੈਟਰ ਨਹੀਂ ਵੀ ਹੈਗੀ ਤਾਂ ਵੀ ਯੂ ਆਰ ਸਟਿਲ ਐਲੀਜੀਬਲ ਟੂ ਸਬਮਿਟ ਯੋਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਪਲੀਕੇਸ਼ਨ। ਬਟ ਇਹ ਐਪਲੀਕੇਸ਼ਨ ਸਬਮਿਟ ਕਰਨ ਤੋਂ ਪਹਿਲਾਂ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੀ ਅਸੀਂ ਇੱਕ ਲੈਟਰ ਆਫ ਐਕਸਪਲੇਨੇਸ਼ਨ ਨਾਲ ਲਗਾਈ ਦੀ ਹੈ ਉਹਦੇ ਅੰਦਰ ਸਾਰਾ ਪ੍ਰੋਵੀਜ਼ਨ ਦੇਖੋ ਮੈਂਸ਼ਨ ਕਰਨਾ ਪੈਂਦਾ ਹੈ, ਵੀਜ਼ਾ ਅਫਸਰ ਨੂੰ ਲਿਖ ਕੇ ਦੱਸਣਾ ਪੈਂਦਾ ਹੈ। ਸੋ ਉਹ ਐਲੀਜੀਬਲ ਨੇ। ਸੋ ਜੇ ਉਹ ਟਾਈਮਲੀ ਆਪਣੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਐਪਲੀਕੇਸ਼ਨ ਸਬਮਿਟ ਕਰ ਦਿੰਦੇ ਨੇ ਤੇ ਇਹ ਜਿਹੜੀ ਰਿਫਿਊਜ਼ਲ ਜਿਹੜੀ ਆ ਰਹੀ ਹੈ ਕਿ ਤੁਹਾਡਾ ਕੋਰਸ ਖਤਮ ਹੋ ਗਿਆ ਵਾਈਫ ਦੀ, ਸਟੱਡੀ ਖਤਮ ਹੋ ਗਈ ਕੈਨੇਡਾ 'ਚ, ਸੋ ਉਹਨੂੰ ਕਿਸੇ ਹੱਦ ਤੱਕ ਬਚਾਇਆ ਜਾ ਸਕਦਾ। ਅੱਛਾ ਸਰ, ਇੱਕ ਚੀਜ਼ ਹੋਰ, ਬਹੁਤ ਲੋਕ ਸਵਾਲ ਪੁੱਛਦੇ ਨੇ ਸੋਸ਼ਲ ਮੀਡੀਆ ਦੇ ਸਾਨੂੰ, ਸਵਾਲ ਕਰਦੇ ਨੇ ਕਿ ਜਿਹੜਾ ਓਪਨ ਵਰਕ ਪਰਮਿਟ ਦਾ ਸ਼ੋਅ ਕੀਤਾ ਸੀ ਉਹ ਕਹਿੰਦੇ ਸਾਨੂੰ ਡਾਊਟ ਆ, ਸਾਨੂੰ ਕੰਸਲਟੈਂਟ ਇਹ ਕਹਿ ਰਿਹਾ ਕਿ ਜੇ ਮੇਨ ਐਪਲੀਕੈਂਟ ਬਾਹਰ ਬੈਠਾ ਹੋਇਆ ਹੈ ਜਿਹਦੇ ਡਿਪੈਂਡੈਂਟ ਨੇ ਇੱਥੋਂ ਜਾਣਾ ਹੈ ਤੁਹਾਡੀ ਕੁਆਲੀਫਿਕੇਸ਼ਨ ਜੇਕਰ +2 ਹੈ ਜਾਂ ਉਸ ਤੋਂ ਘੱਟ ਹੈ ਤਾਂ ਵੀਜ਼ਾ ਨਹੀਂ ਮਿਲਦਾ, ਸੋ ਇਹ ਸੱਚ ਹੈ? ਨਹੀਂ ਸਰ, ਇਦਾਂ ਦਾ ਕੁਝ ਨਹੀਂ ਹੈਗਾ। ਦੇਖੋ ਮੋਸਟਲੀ ਜਿਹੜੇ ਐਪਲੀਕੈਂਟ ਸਾਡੇ ਕੋਲ ਵੀ ਆਉਂਦੇ ਆ ਰੂਰਲ ਬੈਕਗ੍ਰਾਉਂਡ ਤੋਂ ਆਉਂਦੇ ਆ, ਸੋ ਉਹਨਾਂ ਦੀ ਕੁਆਲੀਫਿਕੇਸ਼ਨ ਨਾਰਮਲੀ 10th ਪਾਸ ਜਾਂ ਗ੍ਰੇਡ 12 ਹੁੰਦੀ ਹੈ। ਸੋ ਇਦਾਂ ਦਾ ਇੱਕ ਕੋਈ ਇਹਦੇ ਪਿੱਛੇ ਮਟੀਰੀਅਲ ਫੈਕਟ, ਕੋਈ ਅੱਛਾ ਮਤਲਬ ਰੈਲੇਵੈਂਟ ਕੋਈ ਫੈਕਟ ਨਹੀਂ ਹੈਗਾ ਇਸ ਚੀਜ਼ ਦੇ ਪਿੱਛੇ। ਨੋ ਡਾਊਟ ਕੁਆਲੀਫਿਕੇਸ਼ਨ ਮੈਟਰ ਕਰਦੀ ਹੈ ਕਿ ਜੇ ਬੰਦਾ ਗ੍ਰੈਜੂਏਟ ਹੈਗਾ, ਉਹਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਜਾਂ ਕੋਈ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਹੈਗੀ ਹੈ ਤੇ ਨਾਲ ਉਹ ਇੱਕ ਅੱਛੀ ਇੰਪਲੋਇਮੈਂਟ 'ਚ ਹੈਗਾ ਜਿਵੇਂ ਉਹਦੇ ਨਾਲ ਮੈਚਿੰਗ ਇੰਪਲੋਇਮੈਂਟ 'ਚ ਹੈਗਾ ਤੇ ਚਾਂਸਿਸ ਥੋੜੇ ਵੀਜ਼ਾ ਦੇ ਬ੍ਰਾਈਟ ਹੋ ਜਾਂਦੇ ਆ। ਬਟ ਇਹ ਕੰਪਲੀਟਲੀ ਗਲਤ ਹੈਗਾ ਕਿ ਜਿਹੜਾ +2 ਵਾਲਾ ਕੈਂਡੀਡੇਟ ਹੈ ਉਹਦਾ ਵੀਜ਼ਾ ਨਹੀਂ ਆਊਗਾ। ਜੀ, ਸੋ ਮੈਂ ਚਾਹੂੰਗਾ ਕਿ ਮੈਂ ਕੁਛ ਇੱਕ ਅੱਜ ਕੈਂਡੀਡੇਟਸ ਨੂੰ ਵੀ ਮਿਲਵਾਵਾਂ ਜਿਨ੍ਹਾਂ ਦੇ ਵੀਜ਼ੇ ਆਏ ਹੋਏ ਨੇ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਦ ਇਮੀਗ੍ਰੇਸ਼ਨ ਲਾਂਚ ਕਰੋ ਜੇਕਰ ਤੁਸੀਂ ਆਪਣਾ ਓਪਨ ਸਪਾਊਸਲ ਵਰਕ ਪਰਮਿਟ ਜਿਹੜਾ ਉਹ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 9988161161 ਨੰਬਰ ਤੇ। ਆਫਿਸ ਇਹਨਾਂ ਦੇ ਜਲੰਧਰ ਆ, ਬਟਾਲਾ ਹੈ ਔਰ ਸਰੀ ਦੇ ਵਿੱਚ ਇਹਨਾਂ ਦਾ ਆਫਿਸ ਆ, ਤੁਸੀਂ ਰਾਬਤਾ ਕਰ ਸਕਦੇ ਇਸ ਨੰਬਰ ਤੇ ਕਾਲ ਕਰਕੇ। ਸੋ ਸਭ ਤੋਂ ਪਹਿਲੇ ਸਾਡੇ ਕੋਲ ਐਪਲੀਕੈਂਟ ਨੇ ਗੁਰਿੰਦਰ ਸਿੰਘ ਜੋ ਕਿ ਦਸੂਹਾ ਦਾ ਨੇ। ਗੁਰਿੰਦਰ ਜੀ, ਬਹੁਤ ਸਵਾਗਤ ਹੈ। ਥੈਂਕ ਯੂ। ਅੱਛਾ ਗੁਰਿੰਦਰ ਜੀ, ਤੁਹਾਡੀ ਆਪਣੀ ਪੜ੍ਹਾਈ ਬਾਰੇ ਦੱਸੋ, ਕਿੰਨਾ ਪੜ੍ਹੇ ਲਿਖੇ ਹੋ ਔਰ ਤੁਸੀਂ ਇਸ ਵੇਲੇ ਕੰਮ ਕਰ ਕੀ ਕਰਦੇ ਹੋ? ਸਰ, ਮੇਰੀ ਕੁਆਲੀਫਿਕੇਸ਼ਨ ਹੈ +2 ਤੋਂ ਬਾਅਦ ਡਿਪਲੋਮਾ ਕੀਤਾ।
ਪਹਿਲਾਂ ਤੁਸੀਂ ਕੇਸ ਅਪਲਾਈ ਕੀਤਾ ਹੋਇਆ ਸੀ? ਹਾਂਜੀ ਸਰ, ਮੈਂ ਕੀਤਾ ਇਹਦੇ ਬਾਹਰੋਂ ਕੈਨੇਡਾ ਤੋਂ ਹੋਇਆ ਸੀ ਪਰ ਮੇਰਾ ਰਿਫਿਊਜ਼ ਹੋ ਗਿਆ। ਉਹ ਵੀ ਤੁਸੀਂ ਓਪਨ ਵਰਕ ਪਰਮਿਟ ਅਪਲਾਈ ਕਰਾਇਆ ਸੀ? ਹਾਂਜੀ ਸਰ। ਤੇ ਰਿਫਿਊਜ਼ ਹੋ ਗਿਆ ਤੁਸੀਂ? ਹਾਂਜੀ ਸਰ। ਮੈਂ ਦੇਖ ਪਾ ਰਿਹਾ ਕਿ ਤੁਸੀਂ ਇੱਕ ਵਾਰ ਅਮਰੀਕਾ ਤੋਂ ਵੀ ਰਿਫਿਊਜ਼ ਹੋ। ਹਾਂਜੀ ਸਰ। ਤੇ ਅਮਰੀਕਾ ਰਿਫਿਊਜ਼ ਹੋ, ਕੈਨੇਡਾ ਓਪਨ ਵਰਕ ਪਰਮਿਟ ਤੇ ਰਿਫਿਊਜ਼ ਹੋ, ਫਿਰ ਤੀਜੀ ਵਾਰੀ ਕਿਵੇਂ ਹੌਸਲਾ ਪਿਆ ਕਿ ਤੀਜੀ ਵਾਰੀ ਮੈਂ ਆਪਣਾ ਕੇਸ ਅਪਲਾਈ ਕਰਾਂ? ਸਰ, ਮੇਰਾ ਫਰੈਂਡ ਸੀਗਾ ਉਸ ਤੇ, ਯਾਨੀ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ, ਉਹਨਾਂ ਨੇ ਦੱਸਿਆ ਆਣ ਕੇ ਕਿ ਇਹਨਾਂ ਦੇ ਇਮੀਗ੍ਰੇਸ਼ਨ ਲੌਂਜ ਕੋਲ ਆਇਆ ਮੈਂ, ਮੇਰੇ ਫਰੈਂਡ ਸੀਗਾ ਤੇ ਉਹ ਵੀ ਨਾਲ ਆਏ ਤੇ ਉਹਨਾਂ ਨੇ ਮੈਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ। ਮੈਂ ਆਣ ਕੇ ਇਹਨਾਂ ਕੋਲ ਪੂਰੀ ਇਨਫੋਰਮੇਸ਼ਨ ਲਈ, ਮੈਨੂੰ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਾ ਤੇ ਇਹਨਾਂ ਨੇ ਪੂਰੀ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਮੈਨੂੰ, ਤਾਂ ਫਿਰ ਇਹਨਾਂ ਤੋਂ ਮੈਂ ਫਾਈਲ ਸਬਮਿਟ ਕਰਾਈ ਤੇ ਉਸ ਤੋਂ ਬਾਅਦ ਮੈਨੂੰ ਰਿਜ਼ਲਟ ਮਿਲਿਆ। ਜੀ, ਔਰ ਤੁਹਾਡੀ ਮੈਰਿਜ ਕਿੰਨੀ ਪੁਰਾਣੀ ਹੈ? ਸਰ, 4 ਸਾਲ ਹੋ ਗਏ ਮੈਰਿਜ ਨੂੰ। 4 ਸਾਲ? ਮੈਰਿਜ ਤੋਂ ਕਿੰਨਾ ਸਮਾਂ ਬਾਅਦ ਤੁਹਾਡੀ ਵਾਈਫ ਉੱਥੇ ਚੱਲ ਗਈ ਸੀ ਕੈਨੇਡਾ? ਸਰ, 7 ਮੰਥ ਬਾਅਦ। 7 ਮਹੀਨੇ ਬਾਅਦ ਚੱਲ ਗਈ ਸੀ। ਤੇ ਹੋਰ ਕਿਸੇ ਕੰਸਲਟੈਂਟ ਕੋਲ ਓਪਨ ਵਰਕ ਪਰਮਿਟ ਬਾਰੇ ਸਲਾਹ ਨਹੀਂ ਲਈ? ਨਹੀਂ ਸਰ। ਜਦੋਂ ਰਿਫਿਊਜ਼ ਹੋਏ ਸੀ ਉਦੋਂ ਕਿੱਥੋਂ ਰਿਫਿਊਜ਼ ਹੋਏ ਸੀ? ਕਿਹੜੇ ਸ਼ਹਿਰ, ਆਪਾਂ ਕੰਸਲਟੈਂਟ ਦਾ ਨਾਮ ਹੀ ਲਵਾਂਗੇ, ਹਾਂਜੀ, ਕਿਹੜੇ ਸਿਟੀ ਤੋਂ? ਸਰ, ਬਾਹਰੋਂ ਲਵਾਇਆ ਸੀ, ਕੈਨੇਡਾ ਤੋਂ। ਕੈਨੇਡਾ ਤੋਂ? ਹਾਂਜੀ ਸਰ। ਸੋ ਕੈਨੇਡਾ ਤੋਂ ਕੇਸ ਅਪਲਾਈ ਕੀਤਾ ਸੀ, ਇੱਕ ਵਾਰ ਰਿਫਿਊਜ਼ਲ ਮਿਲੀ ਸਪਾਊਸਲ ਓਪਨ ਵਰਕ ਪਰਮਿਟ ਦੀ, ਉਸ ਤੋਂ ਬਾਅਦ ਇੱਕ ਵਾਰ ਅਮਰੀਕਾ ਤੋਂ ਰਿਫਿਊਜ਼ਲ, ਟੂਰਿਸਟ ਵੀਜ਼ਾ ਦਾ ਰਿਫਿਊਜ਼ਲ। ਹਾਂਜੀ ਸਰ। ਜੀ, ਔਰ ਤੀਸਰੀ ਵਾਰ ਇਹਨਾਂ ਨੂੰ ਦਾ ਇਮੀਗ੍ਰੇਸ਼ਨ ਲਾਉਂਜ ਬਾਰੇ ਪਤਾ ਲੱਗਿਆ, ਉਸ ਤੋਂ ਬਾਅਦ ਹੌਸਲਾ ਪਾਇਆ ਤੀਸਰੀ ਵਾਰ ਔਰ ਸਕਸੈਸ ਹਾਸਲ ਹੋਈ। ਮੈਂ ਚਾਹੂੰਗਾ ਕਿ ਆਪਣਾ ਪਾਸਪੋਰਟ ਦਰਸ਼ਕਾਂ ਨੂੰ ਦਿਖਾ ਦਿਓ ਤਾਂ ਕਿ ਦਰਸ਼ਕਾਂ ਨੂੰ ਵੀ ਯਕੀਨ ਹੋ ਜਾਵੇ ਕਿ ਵਾਕਈ ਵੀਜ਼ੇ ਲੱਗਦੇ ਰਿਫਿਊਜ਼ਲ ਤੋਂ ਬਾਅਦ ਵੀ। ਰਿਫਿਊਜ਼ਲ ਦਾ ਮਤਲਬ ਅੰਤ ਨਹੀਂ ਹੁੰਦਾ, ਰਿਫਿਊਜ਼ਲ ਠੀਕ ਹੈ ਕਿਸੇ ਕਾਰਨਾਂ ਕਰਕੇ ਲੱਗ ਸਕਦੀ ਹੈ, ਕੰਸਲਟੈਂਟ ਦੀ ਅਗਿਆਨਤਾ ਕਰਕੇ ਲੱਗ ਸਕਦੀ ਹੈ, ਪਰ ਇਹਦਾ ਇਹ ਮਤਲਬ ਨਹੀਂ ਕਿ ਤੁਹਾਡਾ ਬਾਹਰ ਜਾਣ ਦਾ ਸੁਪਨਾ ਪੂਰਾ ਨਹੀਂ ਹੋਗਾ। ਤੁਹਾਡੇ ਵਾਈਫ ਉੱਤੇ ਇਸ ਟਾਈਮ ਸਟੱਡੀ ਵੀਜ਼ਾ ਤੇ ਵਰਕ ਪਰਮਿਟ? ਵਰਕ ਪਰਮਿਟ ਸਰ। ਓਕੇ, ਤੇ ਤੁਸੀਂ ਹੁਣ ਟਰੈਵਲ ਕਦੋਂ ਕਰ ਰਹੇ ਹੋ? ਸਰ, 2 ਵੀਕ। 2 ਵੀਕ ਬਾਅਦ ਟਰੈਵਲ ਕਰ ਰਹੇ ਹੋ। ਸੋ ਜਦੋਂ ਜੀ ਇਹਨਾਂ ਦੇ ਕੇਸ ਦੇ ਵਿੱਚ ਕੋਈ ਸੀ ਚੈਲੰਜ ਤੁਹਾਨੂੰ ਲੱਗਾ? ਸਰ, ਦੇਖੋ, ਪਹਿਲਾਂ ਓਪਨ ਵਰਕ ਪਰਮਿਟ ਰਿਫਿਊਜ਼ ਸੀਗਾ, ਸੋ ਸਭ ਤੋਂ ਵੱਡਾ ਚੈਲੰਜ ਇਹੀ ਹੁੰਦਾ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਦੇ ਅੱਗੇ ਕਿ ਜੇ ਪ੍ਰੀਵੀਅਸ ਕੋਈ ਰਿਫਿਊਜ਼ਲ ਹੈਗੀ ਹੈ ਤਾਂ ਸਾਨੂੰ ਆਈਡੈਂਟੀਫਾਈ ਕਰਨਾ ਪੈਂਦਾ ਹੈਗਾ ਕਿ ਰੀਜ਼ਨ ਕੀ ਸੀਗੇ ਪ੍ਰੀਵੀਅਸ ਰਿਫਿਊਜ਼ਲ ਦੇ। ਜੇ ਅਸੀਂ ਬਿਨਾਂ ਜਾਂਚੇ ਪਰਖੇ, ਯਾਨੀ ਕਿ ਪ੍ਰੀਵੀਅਸ ਫਾਈਲ ਦੇ ਨੋਟਸ ਕਢਾਏ ਬਿਨਾਂ ਜੇ ਅਸੀਂ ਐਪਲੀਕੇਸ਼ਨ ਸਬਮਿਟ ਕਰ ਦਾਂਗੇ, ਸੋ ਸਾਡੀ ਕਹਿ ਲਓ ਕਿ ਇੱਕ ਤਰ੍ਹਾਂ ਤੁਸੀਂ ਗੱਲ ਕੀਤੀ ਅਗਿਆਨਤਾ ਹੈਗੀ ਹੈ। ਸੋ ਪਹਿਲਾਂ ਪ੍ਰੀਵੀਅਸ ਰਿਫਿਊਜ਼ਲ ਦੇ ਰੀਜ਼ਨ ਆਈਡੈਂਟੀਫਾਈ ਕਰੀਏ, ਤਾਂ ਹੀ ਅਸੀਂ ਨੈਕਸਟ ਐਪਲੀਕੇਸ਼ਨ ਵੱਲ ਕੋਈ ਪੋਜ਼ਿਟਿਵ ਆਪਾਂ ਸਟੈਪ ਚੱਕ ਸਕਦੇ ਹਾਂ। ਜੀ, ਸੋ ਇਮੀਗ੍ਰੇਸ਼ਨ ਲਾਉਂਜ ਨੂੰ ਸੰਪਰਕ ਕਰ ਸਕਦੇ ਹੋ ਜਲੰਧਰ ਆਫਿਸ ਦੇ ਵਿੱਚ, ਬਟਾਲਾ ਆਫਿਸ ਦੇ ਵਿੱਚ ਤੇ ਸਰੀ ਆਫਿਸ ਦੇ ਵਿੱਚ, 9988161161 ਨੰਬਰ ਤੇ। ਹੁਣ ਇਸ ਤੋਂ ਬਾਅਦ ਤੁਹਾਨੂੰ ਮਿਲਾਵਾਂਗੇ ਵਿੱਕੀ ਹੋਣਾ ਦੇ ਨਾਲ, ਜੋ ਕਿ ਨਕੋਦਰ ਤੋਂ ਨੇ ਔਰ ਕੈਟਰਿੰਗ ਦਾ ਬਿਜ਼ਨਸ ਕਰਦੇ ਨੇ। ਉਹਨਾਂ ਦਾ ਵੀ ਜਿਹੜਾ ਸਪਾਊਸਲ ਓਪਨ ਵਰਕ ਪਰਮਿਟ ਜਿਹੜਾ ਉਹ ਅਪਲਾਈ ਕੀਤਾ ਸੀ ਤਾਂ ਇਮੀਗ੍ਰੇਸ਼ਨ ਲਾਉਂਜ ਨੇ ਔਰ ਸਕਸੈਸਫੁਲੀ ਉਹਨਾਂ ਨੂੰ ਪਾਸਪੋਰਟ ਡਿਲੀਵਰ ਕਰਤਾ ਹੈ। ਜੀ, ਹੁਣ ਸਾਡੇ ਨਾਲ ਮਿਸਟਰ ਵਿੱਕੀ ਹਾਜ਼ਰ ਨੇ ਜੋ ਕਿ ਨਕੋਦਰ ਤੋਂ ਨੇ। ਵਿੱਕੀ, ਤੁਹਾਡਾ ਵੀ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵਿੱਕੀ ਜੀ, ਤੁਹਾਨੂੰ ਇਮੀਗ੍ਰੇਸ਼ਨ ਲਾਉਂਜ ਬਾਰੇ ਕਿੱਥੋਂ ਪਤਾ ਲੱਗਿਆ ਸੀ? ਮੈਨੂੰ ਐਡ ਦੇਖੀ ਸੀ ਮੈਂ, ਪਹਿਲਾਂ ਟੀਵੀ ਤੇ ਐਡ ਦੇਖੀ ਸੀ, ਫਿਰ ਮੈਂ 1-2 ਏਜੰਟ ਤੋਂ ਪਹਿਲਾਂ ਗਿਆ ਸੀ ਤੇ ਉਹਨਾਂ ਦਾ ਸਹੀ ਨਹੀਂ ਲੱਗਾ ਮੈਨੂੰ, ਤੇ ਮੈਡਮ ਤੋਂ ਫਿਰ ਮੈਂ ਇੱਥੇ ਆਇਆ, ਜਲੰਧਰ ਆਇਆ ਸੀ। ਮੈਡਮ ਨੇ ਗਾਈਡ ਬਹੁਤ ਵਧੀਆ ਕੀਤਾ ਮੈਨੂੰ, ਇਸ ਕਰਕੇ ਫਿਰ ਮੈਂ ਪਹਿਲਾਂ 2-3 ਵਾਰੀ ਹੋਰ ਏਜੰਟਾਂ ਤੋਂ ਵੀ ਗਿਆ, ਉਹਨਾਂ ਦਾ ਮੈਨੂੰ ਬਿਹੇਵੀਅਰ ਨਹੀਂ ਵਧੀਆ ਲੱਗਾ ਜੇ ਗਾਈਡ ਨੇ ਉਹਨੇ ਵਧੀਆ ਕੀਤਾ। ਕਿਸ ਤਰੀਕੇ ਦੀ ਗਾਈਡੈਂਸ ਨਹੀਂ ਮਿਲੀ ਪਈ? ਜਿੱਦਾਂ ਬਿਹੇਵੀਅਰ ਚੰਗਾ ਲੱਗਾ ਕਿ ਉੱਥੇ ਮਾਹੌਲ ਚੰਗਾ ਨਹੀਂ ਲੱਗਾ, ਗੱਲਬਾਤ ਚੰਗੀ ਲੱਗੀ, ਉਹਦਾ ਨੌਲੇਜ ਘੱਟ ਲੱਗੀ? ਹਾਂ, ਨੌਲੇਜ, ਹਾਂਜੀ, ਨੌਲੇਜ ਕਹਿ ਸਕਦੇ ਤੁਸੀਂ, ਨੌਲੇਜ ਬਹੁਤ। ਜਿੱਦਾਂ ਕਿ ਮੈਨੂੰ ਕਹਿੰਦੇ ਸੀ ਆਹ ਪੇਪਰ ਬਣਾ, ਉਹ ਪੇਪਰ ਬਣਾ, ਜਿੱਦਾਂ ਕਿ ਆਪਾਂ ਨੂੰ ਇਹ ਨੋਰਮਲ ਜਿੱਦਾਂ ਆਪਾਂ ਪੇਪਰ ਬਣਾਉਂਦੇ, ਜਿੱਦਾਂ ਐਨ ਜਿੱਦਾਂ ਮੈਂ ਬਣਾਇਆ ਸੀ ਹੋਟਲ ਮੈਨੇਜਮੈਂਟ ਕੀਤੀ ਗਾਂ ਦੀ ਗਾਂ, ਮੈਂ ਉਸੀ ਲਾਈਨ 'ਚ ਉਹ ਕੀਤਾ। ਉਹਨਾਂ ਨੇ ਮੈਨੂੰ ਐਕਸਟਰਾ ਦੱਸ ਦਿੱਤੇ ਆਹ ਬਣਾ ਉਹ ਬਣਾ, ਜਦੋਂ ਮੈਂ ਮੈਡਮ ਤੋਂ ਆਇਆ ਉਹਨਾਂ ਨੇ ਮੈਡਮ ਨੇ ਮੈਨੂੰ ਜੋ ਜੋ ਲੀਗਲ ਸੀਗਾ ਸਾਰਾ ਕੁਛ ਉੱਦਾਂ ਉੱਦਾਂ ਹੀ ਦੱਸਿਆ, ਨਾ ਕਿ ਕੋਈ ਵਾਧੂ ਪੇਪਰ ਬਣਾਉਣ ਨੂੰ ਕੋਈ ਇੱਦਾਂ ਦਾ ਕੁਛ ਨਹੀਂ ਦੱਸਿਆ। ਤੇ ਉਮੀਦ ਸੀ ਕਿ ਵੀਜ਼ਾ ਲੱਗ ਜੂਗਾ ਇੱਥੋਂ? ਹਾਂਜੀ, ਉਮੀਦ ਸੀ। ਓਕੇ, ਤੁਹਾਡਾ ਵਿਆਹ ਕਿੰਨਾ ਪੁਰਾਣਾ? ਵਿਆਹ ਮੇਰੇ ਨੂੰ ਹੋ ਗਿਆ 2019 ਚ ਹੋਇਆ ਸੀ। 2019 ਚ ਹੋਇਆ ਸੀ? ਤੇ ਵਾਈਫ, ਤੁਹਾਡੇ ਵਾਈਫ ਕਦੋਂ ਚੱਲ ਗਈ ਸੀ ਕੈਨੇਡਾ? ਡੇਢ ਸਾਲ ਹੋ ਗਿਆ ਨਾ ਗਿਆ ਨੂੰ। ਓਕੇ, ਤੇ ਤੁਸੀਂ ਪਹਿਲਾਂ ਕਦੀ ਫਾਈਲ ਲਾਈ ਨਹੀਂ? ਫਸਟ ਟਾਈਮ ਤੁਸੀਂ ਫਾਈਲ? ਨਹੀਂ ਨਹੀਂ, ਮੈਂ ਫਸਟ ਟਾਈਮ ਲਾਈ। ਓਕੇ, ਸੋ ਪਾਸਪੋਰਟ ਖੋਲ ਕੇ ਵੇਖ ਲਓ, ਤੁਹਾਡੇ ਪਾਸਪੋਰਟ ਦੇ ਵਿੱਚ ਉਹ ਵੀਜ਼ਾ ਲੱਗਾ ਹੋਇਆ ਜਦੋਂ ਤੁਹਾਨੂੰ ਕਰੀਬ 2-2.5 ਸਾਲ ਤੋਂ ਵੇਟ ਸੀ। ਪਰ ਮੈਂ ਚਾਹੂੰਗਾ ਕਿ ਇਹ ਦਰਸ਼ਕਾਂ ਨੂੰ ਵੀ ਦਿਖਾ ਦਈਏ ਆਪਾਂ। ਕਦੀ ਮਾਰਕੀਟ 'ਚ ਸੁਣਿਆ ਨਹੀਂ ਏਜੰਟਸ ਦੇ ਟੀਵੀ ਸ਼ੋਅਜ਼ ਤੋਂ ਜਾਂ ਅਖਬਾਰਾਂ ਦੇ ਵਿੱਚ ਕਿ ਓਪਨ ਵਰਕ ਪਰਮਿਟ ਰਿਫਿਊਜ਼ ਹੋ ਰਿਹਾ? ਬਹੁਤ ਸਾਰੇ ਲੋਕ ਕਹਿੰਦੇ ਕਿ ਰਿਫਿਊਜ਼ਲਾਂ ਬਹੁਤ ਆਉਂਦੀਆਂ ਪਈਆਂ। ਹਾਂਜੀ ਹਾਂਜੀ, ਸਾਡੇ ਸੀਗਾ ਅਤੇ ਮੇਰੇ ਮਾਮੇ ਦੇ ਮੁੰਡੇ ਨੇ ਫਾਈਲ ਉਦੋਂ ਹੀ ਅਪਲਾਈ ਕੀਤੀ ਸੀ, ਥੋੜ੍ਹਾ ਕੁ ਜ਼ਿਆਦਾ 2-3 ਮਹੀਨੇ ਪਹਿਲਾਂ ਕੀਤੀ ਸੀ। ਉਹਨਾਂ ਦਾ ਪੂਰੇ ਸਾਲ ਬਾਅਦ ਆ ਕੇ ਰਿਫਿਊਜ਼ਲ ਲੱਗ ਗਏ, ਉਹਨਾਂ ਦੇ ਹੁਣ ਦੁਬਾਰਾ ਫਿਰ ਅਪਲਾਈ ਕਰਨਾ। ਤੁਸੀਂ ਦੱਸਿਆ ਨਹੀਂ ਉਹਨਾਂ ਨੂੰ ਇਮੀਗ੍ਰੇਸ਼ਨ ਲਾਉਂਜ ਬਾਰੇ ਕਿ ਇੱਥੋਂ ਅੱਗੇ ਅਪਲਾਈ ਕਰ ਲਓ, ਇੱਥੋਂ ਰਿਫਿਊਜ਼ਲ ਵਾਲਿਆਂ ਦੇ ਵੀਜ਼ੇ ਲੱਗ ਜਾਂਦੇ? ਹਾਂਜੀ, ਮੈਂ ਗੱਲ ਕੀਤੀ ਸੀਗੀ ਹੁਣ ਆਪਣੇ ਉਹਨਾਂ
ਸਾਰੇ ਸਾਹਿਬ ਇਹਨਾਂ ਦੇ ਕੇਸ ਦੇ ਵਿੱਚ ਕੋਈ ਚੈਲੰਜ ਸੀ ਤੁਹਾਨੂੰ ਲੱਗਾ? ਔਰ ਦੂਸਰਾ ਸਵਾਲ ਵੀ ਪੁੱਛਣਾ ਚਾਹੂੰਗਾ, ਜਿਵੇਂ ਇਹਨਾਂ ਦੇ ਕਜ਼ਨ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਕੀ ਦੁਬਾਰਾ ਕੇਸ ਕਰ ਸਕਦੇ ਆਪਾਂ? ਡੈਫੀਨਿਟਲੀ ਮਨੀਸ਼ ਜੀ, ਦੇਖੋ ਰਿਫਿਊਜ਼ਲ ਦਾ ਮਤਲਬ ਇਹ ਨਹੀਂ ਜਿਵੇਂ ਤੁਸੀਂ ਕਿਹਾ ਕਿ ਅੰਤ ਨਹੀਂ ਹੁੰਦਾ ਰਿਫਿਊਜ਼ਲ ਦਾ ਮਤਲਬ। ਦੇਖੋ ਇਮੀਗ੍ਰੇਸ਼ਨ ਕੰਸਲਟੈਂਟ ਦੀ ਸਮਝਦਾਰੀ ਇਹੀ ਹੈ ਕਿ ਜਿਹੜੇ ਪ੍ਰੀਵੀਅਸ ਫਾਈਲ ਦੇ ਵਿੱਚ ਡਾਕੂਮੈਂਟੇਸ਼ਨ ਜਿਹੜੀ ਗਈ ਹੈ, ਠੀਕ ਹੈ, ਉਹਦੇ ਰਿਲੇਟਿਡ ਜੋ ਵੀ ਮਟੀਰੀਅਲ ਫੈਕਟਸ ਫਾਈਲ ਨੂੰ ਲੈ ਕੇ ਨੇ, ਯਾਨੀ ਕਿ ਜਿਵੇਂ ਫੰਡਿੰਗ ਦੇ ਡਾਕੂਮੈਂਟਸ ਹੈਗੇ ਹੈ ਜਾਂ ਇੰਪਲੋਇਮੈਂਟ ਐਸਪੈਕਟਸ ਨੂੰ ਲੈ ਕੇ ਜਿਹੜੇ ਪੇਪਰ ਵਰਕ ਹੈਗਾ ਜਾਂ ਮੈਰਿਜ ਨੂੰ ਲੈ ਕੇ ਜਿਹੜਾ ਪੇਪਰ ਵਰਕ ਹੈ, ਉਹਨੂੰ ਚੰਗੇ ਤਰੀਕੇ ਨਾਲ ਦੇਖੋ ਪ੍ਰੈਜੈਂਟ ਕਰਨ ਦੀ ਲੋੜ ਹੁੰਦੀ ਹੈ। ਜੇ ਕੋਈ ਰਿਫਿਊਜ਼ ਹੋਈ ਹੈ, ਸੋ ਦੈਟ ਮੀਨਸ ਕਿ ਉਸ ਫਾਈਲ ਦੇ ਵਿੱਚ ਕੁਝ ਕਮੀ ਪੇਸ਼ੀ ਰਹੀ ਸੀਗੀ, ਤਾਂ ਹੀ ਵੀਜ਼ਾ ਆਫੀਸਰ ਸੈਟੀਸਫਾਈ ਨਹੀਂ ਹੋ ਪਾਇਆ। ਰਿਫਿਊਜ਼ਲ ਸੁਣਨ ਨੂੰ ਆ ਰਹੀਆਂ ਕਿ ਉੱਪਰ ਮਰਪਰ ਰਿਫਿਊਜ਼ ਹੋ, ਕਿਹੜੇ ਕਿਹੜੇ ਰੀਜ਼ਨ ਲੱਗਦੇ ਨੇ ਰਿਫਿਊਜ਼ਲ ਤੇ, ਜਾਂ ਅੱਜ ਕਿਹੜੇ ਰਿਫਿਊਜ਼ਲ ਜਿਹੜੀ ਆ ਰਹੀਆਂ, ਕਿਉਂ ਆ ਰਹੀਆਂ ਰਿਫਿਊਜ਼ਲਾਂ? ਸਰ ਦੇਖੋ ਰਿਫਿਊਜ਼ਲ ਦਾ ਜਿਹੜਾ ਇੱਕ ਮੇਜਰ ਰੀਜ਼ਨ ਹੁੰਦਾ, ਦੇਖਿਓ ਬਿਕੋਜ਼ ਓਪਨ ਵਰਕਮੈਨ ਦੀ ਜਿਹੜਾ ਬੇਸ ਹੈ, ਫਾਊਂਡੇਸ਼ਨ ਹੈ, ਉਹ ਹੈਗੀ ਹੈ ਮੈਰਿਜ ਜੈਨੂਨੈਸ, ਹੈਨਾ, ਮੈਰਿਟਲ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਤੁਹਾਡਾ ਕਿੰਨਾ ਕੁ ਜੈਨੂਨ ਹੈ। ਸੋ ਜੇ ਤੁਹਾਡੀ ਜਿਹੜੀ ਮੈਰਿਜ ਹੈਗੀ ਹੈ ਉਹ ਵੀਜ਼ਾ ਜਸਟ ਵਾਈਫ ਦਾ ਜਿਹੜਾ ਸਟੱਡੀ ਵੀਜ਼ਾ ਜਿਹੜਾ ਗ੍ਰਾਂਟ ਹੋਇਆ, ਉਸ ਤੋਂ ਇਮੀਡੀਏਟਲੀ ਬਾਅਦ ਜੇ ਤੁਹਾਡੀ ਮੈਰਿਜ ਹੋ ਰਹੀ ਹੈ, ਸੋ ਕਿਸੇ ਹੱਦ ਤੱਕ ਵੀਜ਼ਾ ਆਫੀਸਰ ਦੇ ਮਾਇੰਡ 'ਚ ਡਾਊਟ ਕ੍ਰੀਏਟ ਹੋ ਜਾਂਦਾ ਹੈ ਕਿਤੇ ਇਹ ਮੈਰਿਜ ਆਫ ਕਨਵੀਨੀਅੰਸ ਤਾਂ ਨਹੀਂ ਹੈਗੀ, ਕਿਤੇ ਕੰਟਰੈਕਟ ਮੈਰਿਜ ਤਾਂ ਨਹੀਂ ਹੈਗੀ। ਸੋ ਉਸ ਚੀਜ਼ ਨੂੰ ਜਸਟੀਫਾਈ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ ਹੈ। ਅਸੀਂ ਨੋਰਮਲੀ ਜਿਹੜੇ ਕੇਸ ਇਦਾਂ ਦੇ ਆਉਂਦੇ ਨੇ ਉਹਦੇ ਵਿੱਚ ਆਪਾਂ ਫੋਕਸ ਕਰਦੇ ਹਾਂ ਰਿਲੇਸ਼ਨਸ਼ਿਪ ਦੀ ਬੈਕਗ੍ਰਾਉਂਡ ਦੇ ਰਿਲੇਟਿਡ, ਆਪਾਂ ਕੁਐਸਚਨ ਪੁੱਛਦੇ ਹਾਂ ਐਪਲੀਕੈਂਟ ਨੂੰ। ਕਈ ਵਾਰੀ ਕੀ ਹੁੰਦਾ ਕਿ ਐਪਲੀਕੈਂਟ ਦੀ ਲਵ ਮੈਰਿਜ ਹੁੰਦੀ ਹੈ, ਉਹਨਾਂ ਨੇ ਪੁਰਾਣੇ ਕਿਤੇ ਜੌਬ ਇਕੱਠੇ ਕੀਤੀ ਹੁੰਦੀ ਹੈ ਜਾਂ ਉਹਨਾਂ ਨੇ ਕਿਤੇ ਸਟੱਡੀ ਕੀਤੀ ਹੁੰਦੀ ਹੈ ਇਕੱਠੇ। ਸੋ ਉਹ ਜਿਹੜੇ ਇੰਪੋਰਟੈਂਟ ਪੈਰਾਮੀਟਰਸ ਨੇ, ਜਿਹੜੇ ਫੈਕਟਸ ਨੇ, ਉਹ ਫਾਈਲ 'ਚ ਪ੍ਰੈਜੈਂਟ ਕਰਨੇ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਕਿ ਵੀਜ਼ਾ ਆਫਸਰ ਡਾਊਟ ਥੋੜ੍ਹਾ ਦੂਰ ਹੋ ਜਾਂਦਾ ਹੈ ਕਿ ਦੇਵਰ ਇਨ ਟੂ ਅ ਲੌਂਗ ਟਰਮ ਰਿਲੇਸ਼ਨਸ਼ਿਪ, ਪਹਿਲਾਂ ਤੋਂ ਜਾਣਦੇ ਇੱਕ ਦੂਜੇ ਨੂੰ। ਸੋ ਇਸ ਕਰਕੇ ਇਹੋ ਜਿਹੀ ਚੀਜ਼ਾਂ ਪ੍ਰੈਜੈਂਟ ਕਰਨੀਆਂ ਜ਼ਰੂਰੀ ਹੈ। ਫਿਰ ਉਸ ਤੋਂ ਇਲਾਵਾ ਤੁਹਾਡੇ ਫਾਈਨੈਂਸ਼ੀਅਲਸ ਨੂੰ ਲੈ ਕੇ ਰਿਫਿਊਜ਼ਲਸ ਆ ਰਹੀਆਂ ਨੇ। ਤੁਸੀਂ ਜੇ ਬਹੁਤ ਹੱਦ ਤੱਕ ਲੋਕ ਆਪਣੇ ਬੈਂਕ ਸਟੇਟਮੈਂਟ ਅੰਦਰ ਕੈਸ਼ ਡਿਪੋਜ਼ਿਟ ਕਰਾ ਦਿੰਦੇ ਨੇ ਜਾਂ ਆਪਣੇ ਪੇਰੈਂਟਸ ਦੇ ਫੰਡ ਇੰਟਰੋਡਿਊਸ ਕਰ ਦਿੰਦੇ ਨੇ, ਸੋ ਉਹ ਵੀ ਇੱਕ ਵੱਡਾ ਰੀਜ਼ਨ ਹੈ ਰਿਫਿਊਜ਼ਲ ਦਾ। ਸਰ ਦੇਖੋ ਜਿਹੜੀ ਕੈਨੇਡਾ ਦੀ ਲੀਕੋ ਦੀ ਰਿਕੁਆਇਰਮੈਂਟ ਹੈ, ਇਟ ਇਜ਼ $10,000 ਜਿਹੜੇ ਆਪਾਂ ਮੰਨ ਕੇ ਚੱਲਦੇ ਹਾਂ ਸਾਲ ਦਾ ਜਿਹੜਾ ਖਰਚਾ ਹੁੰਦਾ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਰਾਊਂਡ ਜੇ $12,000-14,000 ਅਸੀਂ ਪ੍ਰੈਜੈਂਟ ਕਰ ਸਕੀਏ ਫਾਈਲ 'ਚ, ਤਾਂ ਬਹੁਤ ਅੱਛਾ ਇੱਕ ਇੰਪੈਕਟ ਪੈਂਦਾ ਹੈ ਫਾਈਲ 'ਤੇ। ਔਰ ਇਹ ਪੁਰਾਣੇ ਚਾਹੀਦੇ ਹੁੰਦੇ ਆ ਜਾਂ ਫਿਰ ਰੀਸੈਂਟ ਵੀ ਚੱਲ ਸਕਦੇ ਆ? ਸਰ ਨੋਰਮਲੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ 6 ਮਹੀਨੇ ਦੀ ਬੈਂਕ ਸਟੇਟਮੈਂਟ ਲਗਾਈਏ। ਬਟ ਦੇਖੋ ਫੰਡਸ ਦੀ ਜਿਹੜੀ ਪੁਰਾਣੇ ਦੀ ਗੱਲ ਹੈ, ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਹੈ। ਜੇ ਅਸੀਂ ਗੱਲ ਕਰੀਏ ਕੋਈ ਸੈਲਰੀਡ ਇੰਪਲੋਈ ਹੈ, ਸਪੋਜ਼ ਕਰ ਲਓ ਅਸੀਂ 1 ਮਈ ਨੂੰ ਜੇ ਫਾਈਲ ਲਗਾ ਰਹੇ ਹਾਂ, ਤੇ ਆਬਵੀਅਸਲੀ ਉਸ ਬੰਦੇ ਦੀ ਜਿਹੜੀ ਸੈਲਰੀ ਹੈ, ਮੰਨ ਲਓ ਜੇ 30 ਅਪ੍ਰੈਲ ਨੂੰ ਉਹਦੇ ਅਕਾਊਂਟ 'ਚ ਆਈ ਹੈ, ਸੋ ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਫੰਡਸ ਨਵੇਂ ਹੈ, ਬਿਕੋਜ਼ ਉਹਦੇ ਜੈਨੂਅਨਲੀ ਅਰਨ ਫੰਡ ਹੈ, ਉਹਦਾ ਸੋਰਸ ਚੰਗੇ ਤਰੀਕੇ ਨਾਲ ਕਲੈਰੀਫਾਈ ਹੋ ਰਿਹਾ ਹੈ ਕਿ ਉਹਦੀ ਸੈਲਰੀ ਦੀ ਇਨਕਮ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਵੀ ਪੈਸੇ ਆ ਰਹੇ ਅਕਾਊਂਟ 'ਚ ਨੇ, ਜੇ ਅਸੀਂ ਪ੍ਰੋਪਰਲੀ ਉਹਨਾਂ ਦਾ ਸੋਰਸ ਦੇ ਸਕਦੇ ਹਾਂ ਕਿ ਉਹ ਲੈਜੀਟੀਮੇਟਲੀ ਅਰਨ ਸਾਡੇ ਬਿਜ਼ਨਸ ਦੀ ਇਨਕਮ ਹੈਗੀ ਹੈ ਜਾਂ ਸਾਡੀ ਸੈਲਰੀ ਦੀ ਇਨਕਮ ਹੈ, ਸੋ ਕੰਪਲੀਟਲੀ ਅਕਸੈਪਟੇਬਲ ਹੈਗੀ ਹੈ ਜੀ। ਸੋ ਨਿੱਕੀ ਜੀ, ਤੁਸੀਂ ਕੋਈ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੋ, ਸੁਨੇਹਾ ਦੇਣਾ ਚਾਹੋ ਜਾਂ ਇਮੀਗ੍ਰੇਸ਼ਨ ਲਾਉਂਜ ਬਾਰੇ ਕੁਝ ਹੋਰ ਗੱਲ ਕਰਨੀ ਚਾਹੋ? ਮੈਂ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਕਿਸੇ ਵੀ ਏਜੰਟ ਤੋਂ ਜਾਣ ਤੋਂ ਪਹਿਲਾਂ ਹਨਾ ਇੱਕ ਵਾਰੀ ਗਾਈਡੈਂਸ ਲੈ ਲਓ, ਇਹ ਗਾਈਡੈਂਸ ਸਾਰਿਆਂ ਤੋਂ ਲੈ ਲਓ, ਪਰ ਫਿਰ ਵੀ ਇੱਕ ਵਾਰੀ ਇਮੀਗ੍ਰੇਸ਼ਨ ਲਾਉਂਜ ਤੋਂ ਜ਼ਰੂਰ ਇੱਕ ਵਾਰੀ ਟਰਾਈ ਕਰੋ। ਅਤੇ ਮੇਰਾ ਤਾਂ ਵੀਜ਼ਾ ਆ ਗਿਆ, ਮੈਂ ਬਹੁਤ ਖੁਸ਼ ਹਾਂ, ਮੈਂ ਬਹੁਤ ਸਾਰੀ ਟੀਮ ਦਾ ਚਲੋ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦੀ ਸਾਰੀ ਟੀਮ ਦਾ। ਅਤੇ ਬਾਕੀ ਜੀ, ਸੋ ਕਈ ਵਾਰ ਇਨਸਾਨ ਦੀ ਖੁਸ਼ੀ ਇੰਨੀ ਹੋ ਜਾਂਦੀ ਕਿ ਇਨਸਾਨ ਕੋਲ ਖੁਸ਼ੀ ਬਿਆਨ ਵੀ ਨਹੀਂ ਹੋ ਪਾਉਂਦੀ। ਸੋ ਇਹ ਵਿੱਕੀ ਜੀ ਦੇ ਗੱਲਾਂ ਦਾ ਸਾਫ ਨਜ਼ਰ ਆ ਰਿਹਾ ਕਿ ਉਹਨਾਂ ਨੂੰ ਪਾਸਪੋਰਟ ਅਤੇ ਵੀਜ਼ਾ ਦਾ ਗੱਲ ਲੈ ਕੇ ਕਿੰਨੀ ਖੁਸ਼ੀ, ਕਿ ਉਹ ਆਪਣੀ ਖੁਸ਼ੀ ਬਿਆਨ ਨਹੀਂ ਕਰ ਪਾ ਰਹੇ। ਸੋ ਇਹ ਖੁਸ਼ੀ ਲਈ ਇਨਸਾਨ ਸਾਰਾ ਦਿਨ ਕੰਮ ਕਾਰ ਕਰਦਾ ਹੈ, ਖੁਸ਼ੀ ਲਈ ਪੈਸੇ ਕਮਾਉਂਦਾ ਹੈ, ਪਰ ਜਦੋਂ ਇੱਕ ਮਾੜੇ ਕੰਸਲਟੈਂਟ ਦੇ ਕੋਲ ਚਲੇ ਜਾਂਦੇ ਹੋ ਜਿਹਨੂੰ ਗਿਆਨ ਨਹੀਂ ਹੁੰਦਾ, ਅਸੀਂ ਕੈਨੇਡਾ ਦੀ ਫਾਈਲ ਲਾਉਣੀ ਆ, ਅਸੀਂ ਕਿਉਂ ਨਹੀਂ CICC ਕੰਸਲਟੈਂਟ ਨੂੰ ਅਪਰੂਵ ਕੰਸਲਟੈਂਟ ਨੂੰ ਫਾਈਲ ਲਾਉਂਦੇ ਹਾਂ। ਅਸੀਂ ਕਿਸੇ ਲੋਕਲ ਪਿੰਡ ਦੇ ਏਜੰਟ ਕੋਲ ਚਲੇ ਜਾਂਦੇ ਕਿ ਲੈ ਜੀ ਤੂੰ ਮੇਰਾ ਕੰਮ ਕਰਾ ਦੇ, ਉਹਨੇ ਵੀ ਪਿੰਡ ਤੋਂ ਜਲੰਧਰ ਫਾਈਲ ਭੇਜਣੀ ਹੈ, ਜਲੰਧਰ ਤੋਂ ਫਿਰ ਕੈਨੇਡਾ ਕਿਸੇ ਏਜੰਟ ਮਤਲਬ ਕਿਸੇ ਲਾਇਰ ਕੋਲ ਜਾਣੀ ਹੈ, ਤਾਂ ਬੈਟਰ ਤੁਸੀਂ ਅਗਰ ਲਾਇਰ ਤੁਹਾਡੇ ਆਪਣੇ ਪਿੰਡ ਸ਼ਹਿਰ 'ਚ ਬੈਠਾ ਹੈ, ਜਲੰਧਰ ਦੇ ਵਿੱਚ ਇਹਨਾਂ ਦੀ ਅਵੇਲੇਬਿਲਟੀ ਹੈਗੀ ਹੈ, ਬਟਾਲੇ 'ਚ ਇਹਨਾਂ ਦੀ ਅਵੇਲੇਬਿਲਟੀ ਹੈਗੀ ਹੈ, ਸਰੀ ਦੇ ਵਿੱਚ ਇਹਨਾਂ ਦੀ ਅਵੇਲੇਬਿਲਟੀ ਹੈਗੀ ਹੈ, ਇੱਕ ਫੋਨ ਕਾਲ ਦੀ ਦੂਰੀ ਤੁਸੀਂ ਹਰ ਇੱਕ ਇਨਫੋਰਮੇਸ਼ਨ ਲੈ ਸਕਦੇ ਹੋ ਜੇਕਰ ਤੁਸੀਂ ਸਪਾਊਸਲ ਓਪਨ ਵਰਕ ਪਰਮਿਟ ਅਪਲਾਈ ਕਰਨਾ। ਅਤੇ ਨੰਬਰ ਅਸੀਂ ਵਾਰ ਵਾਰ ਚਲਾ ਹੀ ਰਹੇ ਹਾਂ, 9988161161। ਸੋ ਨਿੱਕੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ। ਸੋ ਦ ਇਮੀਗ੍ਰੇਸ਼ਨ ਲਾਂਚ ਤੋਂ ਮਿਸਟਰ ਜਤਿਨ ਸਾਹਨੀ ਸਾਡੇ ਨਾਲ ਹਾਜ਼ਰ ਨੇ, ਜੋ ਕਿ CICC ਮੈਂਬਰ ਨੇ ਔਰ ਗੌਰਮੈਂਟ ਅਫਸਰ ਸਕੈਚੁਅਨ ਤੋਂ ਅਪਰੂਵ ਨੇ। ਅੱਜ ਸਪਾਊਸਲ ਓਪਨ ਵਰਕ ਪਰਮਿਟ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਸਟੂਡੀਓ ਵਿੱਚ ਲੈ ਕੇ ਅੱਜ ਚਰਚਾ ਕਰ ਰਹੇ ਹਾਂ ਕਿ ਓਪਨ ਵਰਕ ਪਰਮਿਟ ਲੱਗਦੇ ਆ, ਜੋ ਕਹਿੰਦਾ ਓਪਨ ਵਰਕ ਪਰਮਿਟ ਰਿਫਿਊਜ਼ ਹੋ ਰਿਹਾ, ਸ਼ਾਇਦ ਉਹਨੂੰ ਜਾਂ ਤਾਂ ਕੰਮ ਨਹੀਂ ਕਰਨਾ ਆ ਰਿਹਾ ਜਾਂ ਉਹਨੂੰ ਗਿਆਨ ਨਹੀਂ ਹੈ ਕਿ ਕੰਮ ਕਿਵੇਂ ਕਰਨਾ। ਇੱਕ ਵਾਰ ਦਾ ਇਮੀਗ੍ਰੇਸ਼ਨ
मैम ने दसिया भी अप्रूव हो चुका है फिर बहुत वधिया लगे थैंक यू। मैं चाहूँगा एक बार दर्शकों दिखा दिए फिर उस तो बाद सवाल जवाब मेरे को मैं पूछना चाहूँगा एक दर्शकों दिखा दिए पूरी कि जी पासपोर्ट रिक्वेस्ट आई है उम्मीद करते हैं कि एक दो दिन तक तुम्हें पासपोर्ट भी जरा वो हैंड ओवर कर दिया जाएगा पासपोर्ट मिल जूगा। हूँ ये दसो कि जो कॉल आई है इमीग्रेशन लॉन्च तो भी वीजा अप्रूव हो गया मैं देख पा रहा कि दो बार पहले न्यूजीलैंड का रिफ्यूज हो न्यूजीलैंड की स्टडी वीजा अप्लाई किया कोविड तो पहला की गल है 2018-19 की उस तो बाद भी उदो भी काफी एफर्ट्स किए स्टडी वीजा लैन लिये बट उदो रिफ्यूजल आ गई दो बारी मेरी 2018 तुसी उस फोन कॉल की वेट कर रहे थे कि कदों कंसलटेंट फोन करूगा हाँ जी ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਤੇ ਅੱਜ 4 ਸਾਲ ਬਾਅਦ ਉਹ ਕਾਲ ਆਈ ਲੱਗਦਾ ਹਾਂਜੀ ਹਾਂਜੀ ਕਿੱਦਾਂ ਦਾ ਮਹਿਸੂਸ ਹੋਇਆ ਕਾਲ ਜਦੋਂ ਸੁਣੀ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਕਿ ਹਾਂਜੀ ਮੇਰਾ ਘਰੇ ਮੇਰਾ ਵੀਜ਼ਾ ਆ ਗਿਆ ਸਰ ਪਹਿਲਾਂ ਮੈਂ ਆਪਣੀ ਫੈਮਿਲੀ ਨੂੰ ਦੱਸਿਆ ਸਭ ਤੋਂ ਪਹਿਲਾਂ ਜੀ ਮੇਰੀ ਵਾਈਫ ਮੇਰੇ ਪੇਰੈਂਟਸ ਜੀ ਤੇ ਉਹ ਵੀ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਦਾ ਵੀ ਕਾਫੀ ਚਿਰ ਤੋਂ ਸੀਗਾ ਵੀ ਲੱਗ ਜੇ ਬਾਹਰ ਲਾ ਵੀ ਚਲੋ ਤੇਰਾ ਵਿਆਹ ਕਿਹੜੇ ਸਾਲ ਚ ਹੋਇਆ ਸੀ ਮੇਰਾ ਸਰ 2020 ਚ ਹੋਇਆ ਸੀ 2020 ਚ ਵਿਆਹ ਹੋਇਆ ਹਾਂ ਤੁਹਾਡੇ ਵਾਈਫ ਬਾਹਰ ਕਦੋਂ ਗਏ ਸੀ ਇਹ ਸਰ 2020 ਚ ਹੀ ਗਏ ਸੀ ਜੁਲਾਈ ਵਿੱਚ ਓਕੇ ਹਾਂਜੀ जो उस रिफ्यूजल आ चुकी सी उस तो बाद फिर मैं सोचा भी चलो मैं हुण कैनेडा दा ही करना है ते जिहड़ी रिफ्यूजल आई दो वार उह ते जलंधर तक कंसलटेंट सी या कोई बाहर जलंधर दे सी ਤੀਸਰੀ ਵਾਰ ਜਦੋਂ ਫਾਇਲ ਦੇਣ ਗਏ ਤੇ ਡਰ ਨਹੀਂ ਲੱਗਾ ਕਿ ਤੀਜੀ ਵਾਰੀ ਨਿਰਾਸ਼ਾ ਨਾ ਲੱਗ ਜਾ ਥੋੜਾ ਜਿਹਾ ਸਾਰਾ ਡਾਊਟ ਹੁੰਦਾ ਹੀ ਆ ਮਨ ਚਲੋ ਹੁੰਦਾ ਹੀ ਆ ਵੀ ਦੋ ਵਾਰੀ ਪਹਿਲਾਂ ਹੋ ਚੁੱਕਿਆ ਆ ਥਰਡ ਟਾਈਮ ਫੇਰ ਨਾ ਹੋ ਜੇ ਬਟ ਜਿਸ ਹਿਸਾਬ ਨਾਲ ਆਫਿਸ ਦੇ ਵਿੱਚ ਮਿਲਿਆ ਕੌਣ ਸੀ ਤੁਹਾਨੂੰ ਦਾ ਇਮੀਗ੍ਰੇਸ਼ਨ ਲਾਉਣ ਦੇ ਆਫਿਸ ਚ ਗਾਇਤਰੀ ਮੈਮ ਮਿਲੇ ਸੀ ਪਹਿਲਾਂ ਮੈਨੂੰ ਕਿਵੇਂ ਦੀ ਗਾਈਡੈਂਸ ਦਿੱਤੀ ਉਹਨਾਂ ਨੇ ਕੀ ਐਸੀਆਂ ਗੱਲਾਂ ਤੁਹਾਨੂੰ ਦੱਸੀਆਂ ਕਿ ਤੁਹਾਡਾ ਯਕੀਨ ਬਣ ਗਿਆ ਕਿ ਮੇਰਾ ਵੀਜ਼ਾ ਤੇ ਅਪਲਾਈ ਕਰਨਾ ਚਾਹੀਦਾ ਮੈਨੂੰ ਕਿਉਂਕਿ ਇਮੀਗ੍ਰੇਸ਼ਨ ਤੋਂ ਜਲੰਧਰ ਦਾ ਹੱਬ ਆ ਜਲੰਧਰ ਹਾਂਜੀ 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 ਬਿਲਕੁਲ ਪਰ ਗਾਇਤਰੀ ਮੈਡਮ ਨੇ ਕਿਹੜੀ ਐਸੀ ਗੱਲਾਂ ਕੀਤੀਆਂ ਤੁਹਾਡੇ ਨਾਲ ਜਿਹੜਾ ਤੁਹਾਨੂੰ ਲੱਗਾ ਕਿ ਨਹੀਂ ਮੈਂ ਤਾਂ ਫਾਈਲ ਦੇ ਕੇ ਜਾਣੀ ਹੈ ਜਦੋਂ ਸਰ ਮੈਂ ਇਹਨਾਂ ਦਾ ਆਫਿਸ ਵਿਜ਼ਿਟ ਕੀਤਾ ਸੀਗਾ ਤੇ ਮੈਮ ਨੇ ਪਹਿਲਾਂ ਤਾਂ ਸਾਰਾ ਪ੍ਰੋਸੈਸ ਸਮਝਾਇਆ ਵੀ ਕਿੱਦਾਂ ਕਿੱਦਾਂ ਅਸੀਂ ਅਪਲਾਈ ਕਰਦੇ ਹਾਂ ਸਾਰਾ ਕੁਛ ਤੇ ਮੇਰਾ ਕਜ਼ਨ ਮੇਰੇ ਨਾਲ ਹੀ ਸੀ ਉਹਨੇ ਵੀ ਆਲਰੇਡੀ ਅਪਲਾਈ ਕੀਤਾ ਹੋਇਆ ਸੀਗਾ ਕੈਨੇਡਾ ਦਾ ਤੇ ਥੋੜ੍ਹਾ ਬਹੁਤ ਐਕਸਪੀਰੀਅੰਸ ਸੀਗਾ ਉਹਨਾਂ ਨੂੰ ਹੁੰਦਾ ਹੀ ਆ ਵੀ ਚਲੋ ਫਾਈਲ ਲੱਗੀ ਆ ਵੀ ਕਿਹੜੇ ਕਿਹੜੇ ਡਾਕੂਮੈਂਟਸ ਲੱਗਦੇ ਆ ਤੇ ਮੈਮ ਨੇ ਜਿੱਦਾਂ ਫਾਈਲਾਂ ਅਪਲਾਈ ਕੀਤੀਆਂ ਸੀਗੀਆਂ ਉਹਨਾਂ ਨੇ ਆਪਣੀਆਂ ਫਾਈਲਾਂ ਸਾਰੀਆਂ ਦਿਖਾਈਆਂ ਵੀ ਅਸੀਂ ਇਸ ਹਿਸਾਬ ਨਾਲ ਰਿਪ੍ਰੈਜ਼ੈਂਟ ਕਰਦੇ ਹਾਂ ਹਰੇਕ ਦਾ ਜੋ ਡਾਟਾ ਵਗੈਰਾ ਜਿੱਦਾਂ ਵੀ ਤੇ ਮੇਰੇ ਕਜ਼ਨ ਨੇ ਵੀ ਕਿਹਾ ਵੀ ਮੇਰੇ ਨਾਲੋਂ ਵਧੀਆ ਤੇਰੀ ਫਾਈਲ ਲੱਗੂਗੀ ਕਿਉਂਕਿ ਮੈਂ ਜਿਸ ਹਿਸਾਬ ਨਾਲ ਇਹਨਾਂ ਦੀਆਂ ਫਾਈਲਾਂ ਦੇਖੀਆਂ ਨੇ ਤੇ ਉਸ ਦਿਨ ਹੀ ਫਿਰ ਮਨ ਬਣਾ ਲਿਆ ਸੀਗਾ ਵੀ ਇੱਥੋਂ ਹੀ ਲਵਾਉਣੀ ਆ ਫਾਈਲ ਓਕੇ ਔਰ ਕੇਸ ਤੁਸੀਂ ਅਪਲਾਈ ਕਦੋਂ ਕੀਤਾ ਸੀ ਕਿੰਨੇ ਸਮੇਂ ਬਾਅਦ ਤੁਹਾਡਾ ਜਿਹੜਾ ਪਾਸਪੋਰਟ ਰਿਕੁਐਸਟ ਆ ਗਈ ਸਰ ਮੈਂ ਅਗਸਤ ਵਿੱਚ ਮਿਲਿਆ ਸੀਗਾ ਜੀ ਇਮੀਗ੍ਰੇਸ਼ਨ ਲੌਂਜ ਨੂੰ ਤੇ 21 ਸਤੰਬਰ ਨੂੰ ਮੇਰੀ ਫਾਈਲ ਸਬਮਿਟ ਕਰ ਦਿੱਤੀ ਸੀ ਉਹਨਾਂ ਨੇ ਓਕੇ ਯਾਨੀ 21 ਸਤੰਬਰ ਉੱਪਰ ਨਵੰਬਰ ਦਸੰਬਰ ਤੇ ਆਲਮੋਸਟ 6 ਮਹੀਨੇ 6-7 ਮਹੀਨੇ 6-7 ਮਹੀਨੇ ਆ ਗਏ ਵੈਸੇ ਸਾਰੇ ਸਭ ਕਿੰਨੇ ਚਿਰ ਰਿਜ਼ਲਟ ਆ ਰਹੇ ਨੇ ਟਾਈਮ ਕਿੰਨਾ ਲੱਗ ਰਿਹਾ ਸਰ ਹੋਮ ਪ੍ਰੋਸੈਸਿੰਗ ਥੋੜੀ ਫਾਸਟ ਹੋ ਗਈ ਹੈ ਬਿਕਾਜ਼ ਜੋ ਤੋਂ ਇਮੀਗ੍ਰੇਸ਼ਨ ਮਿਨਿਸਟਰ ਨੇ ਐਕਸਟਰਾ ਆਪਣਾ ਸਟਾਫ ਇਨਪੁਟ ਪਾਇਆ ਟੈਂਪਰੇਰੀ ਕਲਾਸ ਐਪਲੀਕੇਸ਼ਨਸ ਤੇ ਆਲਮੋਸਟ ਉਹਨੂੰ 6-8 ਮਹੀਨੇ ਦੇ ਰਿਜ਼ਲਟਸ ਆਉਣੇ ਸ਼ੁਰੂ ਹੋ ਗਏ ਹੈ ਜਿਹੜਾ ਕਿ ਕਿਸੇ ਟਾਈਮ ਤੇ ਕਹ ਲਓ ਕਿ 1.5 ਸਾਲ ਤੱਕ ਪੈਂਡਿੰਗ ਫਾਈਲਾਂ ਪਹੁੰਚ ਗਈਆਂ ਸੀਗੀਆਂ ਸੋ ਹੁਣ ਥੋੜੇ ਓਪਨ ਅਪਮਿਟ ਦੀ ਐਪਲੀਕੇਸ਼ਨ ਦਾ ਰਿਜ਼ਲਟ ਥੋੜੇ ਫਾਸਟ ਹੋ ਗਿਆ ਅੱਛਾ ਇਹਨਾਂ ਦੇ ਕੇਸ ਦੇ ਵਿੱਚ ਚੈਲੰਜ ਕੀ ਇੱਕ ਤਾਂ ਚੈਲੰਜ ਇਹ ਸੀ ਕਿ ਦੋ ਵਾਰ ਰਿਫਿਊਜ਼ ਆ ਦੂਸਰਾ ਚੈਲੰਜ ਮੈਂ ਵੀ ਦੇਖ ਪਾ ਰਿਹਾ ਕਿ ਇਹਨਾਂ ਦੀ ਵਾਈਫ ਦੀ ਸਟੱਡੀ ਜਿਹੜੀ ਉਹ ਮਈ ਦੇ ਵਿੱਚ ਫਿਨਿਸ਼ ਹੋਣ ਵਾਲੀ ਆ ਯਾਨੀ ਆਲਮੋਸਟ ਆਪਾਂ ਮਈ ਚ ਆਲਮੋਸਟ ਫਿਨਿਸ਼ ਹੋ ਗਈ ਹੈ ਕਹ ਲੋ ਤੁਸੀਂ ਬਹੁਤ ਵੱਡਾ ਚੈਲੰਜ ਇਸ ਤੁਹਾਡੇ ਦੇਖੋ ਸਰ ਜਿੱਦਾਂ ਅਸੀਂ ਗੱਲ ਕੀਤੀ ਹੈ ਕਿ ਰਿਵਿਊ ਚ ਜੇ ਫਾਈਲ ਐਪਲੀਕੈਂਟ ਦੀ ਸਪੋਜ਼ ਜੇ ਆ ਗਈ ਹੈ ਤੇ ਉਸ ਟਾਈਮ ਤੇ ਵਾਈਫ ਦੀ ਸਟੱਡੀ ਨੂੰ ਲੈ ਕੇ ਜਿਹੜਾ ਕਿ ਕੁਐਸਚਨ ਸਭ ਤੋਂ ਵੱਡਾ ਮਾਰਕ ਲੱਗ ਜਾਂਦਾ ਹੈ ਕਿ ਜੇ ਸਟੱਡੀ ਖਤਮ ਹੋ ਜਾਏ ਵਾਈਫ ਦੀ ਸੋ ਆਬਵੀਅਸਲੀ ਇੱਕ ਥੋੜਾ ਜਿਹਾ ਖਤਰੇ ਵਾਲੀ ਗੱਲ ਹੁੰਦੀ ਹੈ ਬਟ ਜਿਵੇਂ ਮੈਂ ਪਹਿਲਾਂ ਵੀ ਐਕਸਪਲੇਨ ਕੀਤਾ ਕਿ ਅਸੀਂ ਉਸ ਸਿਚੁਏਸ਼ਨ ਨੂੰ ਬਚਾ ਸਕਦੇ ਹਾਂ ਬਿਕਾਜ਼ ਜਿਹੜਾ ਵੀ ਸਟੂਡੈਂਟ ਕੈਨੇਡਾ 'ਚ ਹੈਗਾ ਉਹ ਅੰਡਰ ਸੈਕਸ਼ਨ 186W ਉਹ ਇਮੀਗ੍ਰੇਸ਼ਨ ਦੀ ਲੈਜਿਸਲੇਸ਼ਨ ਹੈ ਉਹਦੇ ਅੰਦਰ ਵਿਦਆਊਟ ਵਰਕ ਪਰਮਿਟ ਆਪਣਾ ਕੰਮ ਕਰ ਸਕਦਾ ਹੈ ਬਸ਼ਰਤੇ ਕਿ ਉਹਨੇ ਸਟੱਡੀ ਖਤਮ ਹੋਣ ਤੋਂ ਬਾਅਦ ਆਪਣਾ ਵਰਕ ਪਰਮਿਟ ਸਬਮਿਟ ਕਰਤਾ ਹੋਵੇ ਤੇ ਵੀਜ਼ਾ ਆਫਿਸ ਵੀ ਇਹ ਚੀਜ਼ ਨੂੰ ਦੇਖੋ ਨੋਟਿਸ ਕਰ ਲੈਂਦਾ ਹੈ ਕਿ ਜੇ ਐਪਲੀਕੈਂਟ ਦੀ ਵਾਈਫ ਨੇ ਸਟੱਡੀ ਖਤਮ ਹੋਣ ਤੋਂ ਬਾਅਦ ਵਰਕ ਪਰਮਿਟ ਦੀ ਐਪਲੀਕੇਸ਼ਨ ਸਬਮਿਟ ਕਰਤੀ ਹੈ ਸੋ ਇਮੀਗ੍ਰੇਸ਼ਨ ਵਾਲੇ ਵੀ ਸਾਨੂੰ ਐਡੀਸ਼ਨਲ ਟਾਈਮ ਦੇ ਦਿੰਦੇ ਆ ਕਿ ਤੁਸੀਂ ਹੁਣ ਵਰਕ ਪਰਮਿਟ ਨੂੰ ਲੈ ਕੇ ਜਿਹੜੇ ਸਪੋਰਟਿੰਗ ਡਾਕੂਮੈਂਟਸ ਹੈ ਜਿਵੇਂ ਕਿ ਇੰਪਲੋਇਮੈਂਟ ਲੈਟਰ ਹੈ ਤੇ ਨੌਕ ਬੀ ਦੀ ਲੈਟਰ ਜਿਹੜੀ ਆਪਾਂ ਗੱਲ ਕੀਤੀ ਨਾਲ ਪੇ ਸਟਬਸ ਵੀਜ਼ਾ ਆਫਿਸ ਨੂੰ ਸਬਮਿਟ ਕਰ ਦਿਓ ਸੋ ਉਹ ਸਿਚੁਏਸ਼ਨ ਬਚ ਜਾਂਦੀ ਹੈ ਤੇ ਕੇਸ ਰਿਫਿਊਜ਼ ਹੋਣ ਤੋਂ ਬਚਾ ਸਕਦੇ ਹਾਂ ਅਸੀਂ ਜੀ ਸੋ ਮੈਂ ਇੱਕ ਵਾਰ ਫਿਰ ਰਿਕੁਐਸਟ ਕਰੂੰਗਾ ਸਰ ਜੀ ਤੁਹਾਨੂੰ ਸਰ ਜੀ ਜੇ ਤੁਸੀਂ ਜਾਂਦੀ ਵਾਰ ਕੋਈ ਇਮੀਗ੍ਰੇਸ਼ਨ ਲਾਉਣ ਬਾਰੇ ਦਰਸ਼ਕਾਂ ਨੂੰ ਕੋਈ ਹੋਰ ਇਨਫੋਰਮੇਸ਼ਨ ਦੇਣੀ ਚਾਹੋ
जान लगे मैं सारे नूं यही कहना चाहवांगा कि तुसी अपना ताड़ा जो भी फाइल का स्टेटस ताड़े डॉक्यूमेंट्स वगैरह एक बार इत्थे लैके आओ ता फाइल लगाना या नहीं लगाना ताड़े अपने ते हैगा आ बट तुसी आओ एक बार कंसल्ट करो तुहानूं सारा प्रोसैस समझाणगे प्रोपर तरीके नाल भी किहड़े किहड़े डॉक्यूमेंट्स किदां किदां लगदे ने सारा प्रोसैस तुहानूं प्रोपर तरीके नाल समझाया जाएगा ते मैं सारे नूं यही कहना चाहवांगा कि एक बार कंसल्ट जरूर करो जे ताड़ा कोई सपना है जी। सो वीजा देना या ना देना वीजा अफसर दा जिहड़ा हक आ ਉਹ ਤੁਹਾਡੇ ਡਾਕੂਮੈਂਟ ਨੂੰ ਵੇਖ ਕੇ ਵੀਜ਼ਾ ਦਿੰਦਾ ਜਾਂ ਵੇਖ ਕੇ ਵੀਜ਼ਾ ਅਪਰੂਵ ਕਰਦਾ ਜਾਂ ਰਿਫਿਊਜ਼ ਕਰਦਾ ਆਪਣੀ ਸੋਚ ਸਮਝ ਦੇ ਨਾਲ ਕਰਦਾ ਪਰ ਇੱਕ ਚੰਗਾ ਕੰਸਲਟੈਂਟ ਤੁਹਾਡੇ ਕੇਸ ਨੂੰ ਚੰਗੇ ਤਰੀਕੇ ਨਾਲ ਪ੍ਰੈਜੈਂਟ ਕਰ ਸਕਦਾ ਹੈ। ਇੱਕ CICC ਮੈਂਬਰ ਜੋ ਕਿ ਮੈਂ ਪਹਿਲਾਂ ਵੀ ਸ਼ੁਰੂਆਤ 'ਚ ਦੱਸਿਆ ਸੀ ਕੈਨੇਡਾ ਸਰਕਾਰ ਤੋਂ ਮਨਜ਼ੂਰ ਸ਼ੁਦਾ ਹੁੰਦੇ ਨੇ ਉਹਨਾਂ ਦੀ ਹਰ ਇੱਕ ਐਕਟੀਵਿਟੀ 'ਤੇ ਸਰਕਾਰ ਦੀ ਨਜ਼ਰ ਹੁੰਦੀ ਹੈ ਉਹ ਵਚਨਬੱਧ ਹੁੰਦੇ ਨੇ ਤੁਹਾਨੂੰ ਸਹੀ ਸਾਫ਼ ਸੁਥਰੀ ਜਾਣਕਾਰੀ ਦੇਣ ਲਈ ਔਰ ਹਰ ਇੱਕ ਜੋ ਵੀ ਅਪਡੇਟ ਹੁੰਦੀ ਹੈ ਉਹ ਫਸਟ ਹੈਂਡ ਉਹਨਾਂ ਕੋਲ ਆਉਂਦੀ ਹੈ ਕੈਨੇਡੀਅਨ ਗੌਰਮੈਂਟ ਤੋਂ ਤੋ ਤਾਂ ਇਹੀ ਰੀਜ਼ਨ ਹੈ ਕਿ CICC ਮੈਂਬਰ ਦੇ ਵੀਜ਼ਾਜ਼ ਜ਼ਿਆਦਾ ਅਪਰੂਵ ਹੁੰਦੇ ਨੇ ਸਕਸੈਸ ਰੇਟ ਜ਼ਿਆਦਾ ਹੁੰਦਾ। ਸੋ ਤੁਸੀਂ ਵੀ ਅਗਰ ਕੈਨੇਡਾ ਦੇ ਕਿਸੇ ਵੀ ਪ੍ਰੋਵਿੰਸ ਵਿੱਚ ਕੋਈ ਫਾਈਲ ਲਾਉਣਾ ਚਾਹੁੰਦੇ ਹੋ ਕਿਸੇ ਵੀ ਪ੍ਰੋਫਾਈਲ ਕਿਸੇ ਵੀ ਕੈਟਾਗਰੀ ਚਾਹੇ ਸਟੂਡੈਂਟ ਵੀਜ਼ਾ ਚਾਹੇ ਵਿਜ਼ਟਰ ਵੀਜ਼ਾ ਚਾਹੇ ਟੂਰਿਸਟ ਵੀਜ਼ਾ ਚਾਹੇ ਸਪਾਊਸਲ ਓਪਨ ਵਰਕ ਪਰਮਿਟ ਚਾਹੇ ਸੈਟਲਮੈਂਟ ਵੀਜ਼ਾ ਕੋਈ ਵੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਮੀਗ੍ਰੇਸ਼ਨ ਲਾਅ ਦੀ ਟੀਮ ਨੂੰ ਦੱਸ ਸਕਦੇ ਹੋ ਤੁਸੀਂ ਜਲੰਧਰ ਵਿੱਚ ਇਸ ਤੋਂ ਇਲਾਵਾ ਜਲੰਧਰ ਦੇ ਨਾਲ ਨਾਲ ਬਟਾਲਾ ਵਿੱਚ ਬਟਾਲਾ ਤੋਂ ਇਲਾਵਾ ਤੁਸੀਂ ਸਰੀ ਦੇ ਵਿੱਚ ਇਹਨਾਂ ਦਾ ਆਫਿਸ ਹੈ ਕਿਤੇ ਵੀ ਸੰਪਰਕ ਕਰ ਸਕਦੇ ਹੋ 9988161161 ਨੰਬਰ ਤੇ। ਸੋ ਜੋ CICC ਮੈਂਬਰ ਨੇ ਜਤਿਨ ਸਾਨੀ ਜੀ ਅੱਜ ਕੱਲ੍ਹ ਪੰਜਾਬ 'ਚ ਨੇ ਜਲੰਧਰ 'ਚ ਨੇ ਤੁਸੀਂ ਇਹਨਾਂ ਨੂੰ ਜਲੰਧਰ ਆਫਿਸ ਕਰਕੇ ਮਿਲ ਸਕਦੇ ਹੋ ਅਪੁਆਇੰਟਮੈਂਟ ਫਿਕਸ ਕਰਕੇ। ਸੋ ਸਰ ਜੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ। ਸੋ ਨੈਕਸਟ ਕੈਂਡੀਡੇਟ ਸਾਡਾ ਨਾਮ ਨੇ ਪ੍ਰਿੰਸ ਕੁਮਾਰ ਜੋ ਕਿ ਦੀਨਾ ਨਗਰ ਤੋਂ ਨੇ। ਪ੍ਰਿੰਸ ਜੀ ਬਹੁਤ ਬਹੁਤ ਸਵਾਗਤ ਹੈ ਜੀ। ਸੋ ਪ੍ਰਿੰਸ ਜੀ ਤੁਹਾਡਾ ਸਪਾਊਸਲ ਓਪਨ ਵਰਕ ਪਰਮਿਟ ਜਿਹੜਾ ਹੈ ਦਾ ਇਮੀਗ੍ਰੇਸ਼ਨ ਲਾਅ ਨੇ ਅਪਰੂਵ ਕਰਵਾ ਦਿੱਤਾ ਹੈ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਦੇ ਲਈ ਔਰ ਮੈਂ ਚਾਹੂੰਗੀ ਪਾਸਪੋਰਟ ਖੋਲ ਕੇ ਇੱਕ ਵਾਰ ਵੀਜ਼ਾ ਆਪਣਾ ਦੇਖ ਲਓ ਔਰ ਦਰਸ਼ਕਾਂ ਨੂੰ ਦਿਖਾ ਦਿਓ ਕਿ ਜਿਸ ਵੀਜ਼ੇ ਦੇ ਤੁਸੀਂ ਲੰਬੇ ਸਮੇਂ ਤੋਂ ਵੇਟ ਕਰ ਰਹੇ ਸੀ ਉਹ ਵੀਜ਼ਾ ਤੁਹਾਡੇ ਹੱਥ 'ਚ ਆ ਔਰ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੈਨੇਡਾ ਜਿਹੜਾ ਹੈ ਉਹ ਆਪਣੀ ਵਾਈਫ ਦੇ ਕੋਲ ਜਾ ਰਹੇ ਜੁਆਇਨ ਕਰਨ ਨੂੰ। ਹੁਣ ਇਹ ਦੱਸੋ ਤੁਹਾਡਾ ਵਿਆਹ ਕਦੋਂ ਹੋਇਆ ਸੀ, ਕਿੰਨਾ ਸਮਾਂ ਹੋ ਗਿਆ ਤੁਹਾਡੇ ਵਿਆਹ ਹੋਏ ਨੂੰ? ਮੇਰਾ ਵਿਆਹ ਹੋਏ ਜੀ ਨੂੰ 1 ਸਾਲ ਹੋ ਗਿਆ। 1 ਸਾਲ ਹੋ ਗਿਆ ਔਰ ਯਾਨੀ 2021 ਤੁਹਾਡੀ ਮੈਰਿਜ ਹੋਈ ਹੈ? ਹਾਂਜੀ ਹਾਂਜੀ। ਓਕੇ ਔਰ 2021 ਔਰ ਤੁਹਾਡੀ ਵਾਈਫ ਕਦੋਂ ਗਏ ਕੈਨੇਡਾ? ਮੇਰੀ ਵਾਈਫ ਗਈ ਹੈ ਅਪ੍ਰੈਲ ਦੇ ਵਿੱਚ ਗਏ ਹੋਏ। ਅਪ੍ਰੈਲ ਵਿੱਚ? ਹਾਂਜੀ। ਮਈ ਇਨਟੇਕ ਦੇ ਲਈ ਗਏ ਹੋਣਗੇ? ਹਾਂਜੀ ਮਈ ਇਨਟੇਕ। ਤੁਹਾਡੀ ਫਾਈਲ ਕਦੋਂ ਸਬਮਿਟ ਹੋਈ ਸੀ? ਮੇਰੀ ਫਾਈਲ ਸਬਮਿਟ ਹੋਈ ਸੀ ਅਗਸਤ ਵਿੱਚ। ਅਗਸਤ ਦੇ ਵਿੱਚ ਯਾਨੀ ਆਲਮੋਸਟ ਸਾਨੀ ਸਾਹਿਬ 3 ਮਹੀਨੇ ਬਾਅਦ ਤੁਸੀਂ ਫਾਈਲ ਨੇ ਸਬਮਿਟ ਕਰਤੀ। ਜੀ ਬਿਲਕੁਲ। ਔਰ ਮੈਂ ਦੇਖ ਪਾ ਰਿਹਾ ਕਿ ਸ਼ਾਇਦ ਇਹਨਾਂ ਦੇ ਵਾਈਫ ਦਾ ਵੀਜ਼ਾ ਵੀ ਤੁਹਾਡੇ ਰਾਹੀਂ ਹੀ ਲੱਗਿਆ। ਹਾਂਜੀ 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 ਬਿਲਕੁਲ। ਤੇ 3 ਮਹੀਨੇ ਬਾਅਦ ਤੁਸੀਂ ਇਹਨਾਂ ਦੀ ਫਾਈਲ ਸਬਮਿਟ ਕਰਤੀ, ਕਿਤੇ ਤੁਹਾਡੇ ਮਨ 'ਚ ਇਹ ਡਰ ਤਾਂ ਨਹੀਂ ਸੀ? ਮੈਂ ਅਕਸਰ ਉਹਨਾਂ ਨੂੰ ਪੁੱਛਦਾ, ਡਰ ਤਾਂ ਨਹੀਂ ਤੁਹਾਡੇ ਮਨ 'ਚ? ਡਰ ਤਾਂ ਸੀ ਕਿ 3 ਮਹੀਨੇ ਬਾਅਦ ਫਾਈਲ ਅਪਲਾਈ ਕਰਤੀ ਵੀਜ਼ਾ ਰਿਫਿਊਜ਼ ਹੋ ਜਾਊ, ਅਕਸਰ ਇਹ ਕਹਿੰਦੇ ਕਿ ਜਦੋਂ ਪਹਿਲਾ ਸਮੈਸਟਰ ਕੰਪਲੀਟ ਹੋ ਜਾਏ ਫਿਰ ਫਾਈਲ ਜਿਹੜੀ ਲਾਉਣੀ ਚਾਹੀਦੀ ਹੈ। ਸਰ ਦੇਖੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਹੁਤ ਲੋਕਾਂ ਦੇ ਮਾਈਂਡ 'ਚ ਇਹ ਡਾਊਟ ਹੁੰਦਾ ਹੈ, ਬਟ ਕਿਸੇ ਨੇ ਵੀ ਅੱਜ ਤੱਕ ਇਹਦੇ ਉੱਪਰ ਕੋਈ ਡਾਕੂਮੈਂਟ ਨਹੀਂ ਸ਼ੋਅ ਕੀਤਾ, ਇਮੀਗ੍ਰੇਸ਼ਨ ਲਾਅ ਦੇ ਰਿਲੇਟਿਡ ਜਾਂ ਇਮੀਗ੍ਰੇਸ਼ਨ ਦੀ ਕੋਈ ਰੂਲ ਬੁੱਕ ਸ਼ੋਅ ਨਹੀਂ ਕੀਤੀ ਕਿ ਕਿੱਥੇ ਲਿਖਿਆ ਹੋਇਆ। ਠੀਕ ਹੈ, ਸੋ ਐਸਾ ਜੇ ਕਿਤੇ ਵੀ ਚੀਜ਼ ਮੈਂਸ਼ਨ ਨਹੀਂ ਹੈਗੀ। ਸੋ ਅਸੀਂ ਦੇਖੋ ਕੰਮ ਕਰਦੇ ਹਾਂ ਜੀ ਇਮੀਗ੍ਰੇਸ਼ਨ ਲਾਅ ਦੇ ਮੁਤਾਬਕ, ਅਸੀਂ ਐਲੀਜੀਬਿਲਿਟੀ ਅਸੈਸ ਕਰੀਦੀ ਕੈਂਡੀਡੇਟ ਦੇ ਡਿਪੈਂਡਿੰਗ ਅਪੋਨ ਸਪਾਊਸ ਜਿਹੜਾ ਕੈਨੇਡਾ 'ਚ ਸਟੱਡੀ ਕਰ ਰਿਹਾ, ਅਤੇ ਡਾਕੂਮੈਂਟੇਸ਼ਨ ਪ੍ਰਿਪੇਅਰ ਕਰੀਦੀ ਹੈ ਐਜ਼ ਪਰ ਲਾਅ ਜਿਹੜੀ ਗਾਈਡਲਾਈਨਸ ਸਾਨੂੰ ਦਿੱਤੀਆਂ ਹੋਈਆਂ ਸੀ। ਸੋ ਉਹਦੇ ਮੁਤਾਬਕ ਕੰਮ ਕਰਦੇ ਹੋਏ ਅਸੀਂ ਉਹਨਾਂ ਦੀ ਫਾਈਲ ਸਬਮਿਟ ਕਰਤੀ। ਜਦੋਂ ਵਾਈਫ ਉੱਥੇ ਪਹੁੰਚ ਗਏ, ਵਾਈਫ ਦਾ ਦੇਖੋ ਐਨਰੋਲ ਹੋਣਾ ਜ਼ਰੂਰੀ ਹੈ ਸਟੱਡੀ ਪ੍ਰੋਗਰਾਮ ਦੇ ਵਿਚਕਾਰ, ਜਿਹੜੇ ਕਿ ਇਹਨਾਂ ਦੇ ਵਾਈਫ ਆਲਰੇਡੀ ਉੱਥੇ ਜਾ ਕੇ ਮਈ ਇੰਟੇਕ 'ਚ ਐਨਰੋਲ ਹੋ ਗਏ ਸੀਗੇ। ਸੋ ਬਾਕੀ ਇਹਨਾਂ ਦੀ ਫਾਈਲ ਡਾਕੂਮੈਂਟੇਸ਼ਨ ਰੈਡੀ ਕਰਦੇ ਹੋਏ ਸਾਨੂੰ ਟਾਈਮ ਲੱਗਿਆ ਅਤੇ ਅਸੀਂ ਇਮੀਡੀਏਟਲੀ ਫਾਈਲ ਸਬਮਿਟ ਕਰਤੀ। ਠੀਕ ਹੈ, ਸੋ ਕਈ ਕੇਸਿਸ 'ਚ ਦੇਖੋ ਇੱਦਾਂ ਵੀ ਹੁੰਦਾ ਹੈ ਕਿ ਸਪਾਊਸ ਈਵਨ ਨਾਲ ਵੀ ਟਰੈਵਲ ਕਰ ਜਾਂਦਾ ਹੈ। ਠੀਕ ਹੈ, ਕਿ ਜਦੋਂ ਸਪਾਊਸ ਦਾ ਸਟੱਡੀ ਵੀਜ਼ਾ ਗ੍ਰਾਂਟ ਹੋ ਗਿਆ ਪਿੱਛੇ ਸਾਡੇ ਕੋਲ ਟਾਈਮ ਹੈਗਾ ਅਤੇ ਅਸੀਂ ਕੋਸ਼ਿਸ਼ ਇਹ ਕਰਦੀ ਹੈ ਜੇ ਸਪਾਊਸ ਉੱਥੇ ਕਿਸੇ ਅੱਛੀ ਯੂਨੀਵਰਸਿਟੀ 'ਚ ਜਾ ਰਿਹਾ, ਮਾਸਟਰ ਡਿਗਰੀ ਪ੍ਰੋਗਰਾਮ 'ਚ ਜਾ ਰਿਹਾ, ਅਤੇ ਈਵਨ ਇਹਨਾਂ ਕੇਸਿਸ 'ਚ ਸਪਾਊਸ ਦਾ ਅਸੀਂ ਨਾਲ ਵੀ ਅਪਲਾਈ ਕਰ ਸਕਦੇ ਹਾਂ ਅਤੇ ਵੀਜ਼ਾ ਨਾਲ ਵੀ ਆ ਸਕਦਾ। ਠੀਕ ਹੈ, ਵਿਦਾਊਟ ਈਵਨ ਟਰੈਵਲਿੰਗ ਟੂ ਕੈਨੇਡਾ। ਸੋ ਇਹ ਕੁਐਸਚਨ ਕੰਪਲੀਟਲੀ ਰੂਲ ਆਊਟ ਹੋ ਜਾਂਦਾ ਹੈ ਜੀ, ਉੱਥੇ ਪਹਿਲਾਂ ਜਾ ਕੇ 6 ਮਹੀਨੇ ਸਟੱਡੀ ਕਰਨੀ ਪਏਗੀ ਫਿਰ ਵੀਜ਼ਾ ਮਿਲੂਗਾ। ਅੱਛਾ ਪ੍ਰਿੰਸ ਜੀ, ਤੁਹਾਨੂੰ ਇਮੀਗ੍ਰੇਸ਼ਨ ਲਾਅ ਬਾਰੇ ਪਤਾ ਕਿੱਥੋਂ ਲੱਗਿਆ? ਬਹੁਤ ਸਾਰੇ ਕੰਸਲਟੈਂਟ ਤੁਸੀਂ ਦੀਨਾ ਨਗਰ ਤੋਂ, ਗੁਰਦਾਸਪੁਰ ਤੋਂ, ਗੁਰਦਾਸਪੁਰ 'ਚ ਵੀ ਬਹੁਤ ਸਾਰੇ ਕੰਸਲਟੈਂਟ ਆ, ਬਟਾਲੇ 'ਚ ਵੀ ਬਹੁਤ ਸਾਰੇ ਕੰਸਲਟੈਂਟ ਆ, ਇਮੀਗ੍ਰੇਸ਼ਨ ਲਾਅ ਬਾਰੇ ਕਿੱਥੋਂ ਪਤਾ ਲੱਗਾ? ਸਰ ਕਿਉਂਕਿ ਮੇਰੇ ਕਜ਼ਨਸ ਜੇ ਨੇ, ਕਜ਼ਨ ਵੀ ਇਹਨਾਂ ਕੋਈ ਆਏ ਸੀਗੇ ਇਮੀਗ੍ਰੇਸ਼ਨ ਲਾਅ 'ਚ, ਅਤੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਇਹਨਾਂ ਕੋਲ ਜਾਓ ਇੱਕ ਵਾਰੀ ਆਪਣੀ ਫਾਈਲ ਡਿਸਕਸ ਕਰੋ ਅਤੇ ਫਿਰ ਜੋ ਵੀ ਹੋਊਗਾ ਬੈਸਟ ਟੂ ਬੈਸਟ ਤੁਹਾਨੂੰ ਦੱਸਣਗੇ। ਅਤੇ ਫਿਰ ਜਦੋਂ ਤੁਸੀਂ ਮਿਲੇ ਇਹਨਾਂ ਨੂੰ, ਬਟਾਲਾ ਆਫਿਸ ਮਿਲੇ ਸੀ ਜਾਂ ਜਲੰਧਰ ਆਫਿਸ ਮਿਲੇ ਸੀ? ਜਲੰਧਰ ਆਫਿਸ ਮਿਲੀ ਸੀਗੀ। ਅਤੇ ਲੱਗਾ ਕਿ ਮੇਰਾ ਵੀਜ਼ਾ ਲਵਾ ਸਕਦੇ ਹੈ ਮੇਰਾ? ਹਾਂਜੀ ਹਾਂਜੀ ਬਿਲਕੁਲ, ਮੈਂ ਮਾਰਕੀਟ 'ਚ ਅਫਵਾਹ ਬਹੁਤ ਹੈ ਕਿ ਵੀਜ਼ੇ ਰਿਫਿਊਜ਼ ਬਹੁਤ ਹੋ ਰਹੇ। ਹਾਂ, ਬਹੁਤ ਬਹੁਤ ਅਫਵਾਹ ਸੀਗੀ, ਬਟ ਜਦੋਂ ਮੈਂ ਇਹਨਾਂ ਨੂੰ ਆਪਣੀ ਫਾਈਲ ਡਿਸਕਸ ਕੀਤੀ ਇਹਨਾਂ ਨੇ ਕਾਫੀ ਵਧੀਆ ਇਹਨਾਂ ਮੈਨੂੰ ਗਾਈਡ ਕੀਤਾ।
और द इमीग्रेशन लॉन्च तो मिस्टर जतिन सानी जैसा नाल बैठे हुए ने गलबात कर रहे ने सीआईसीसी मैंबर ने और गवर्नमेंट ऑफ सस्कैचुअन तो भी अप्रूव ने सो वो शख्स जिहड़ा अप्रूवल जिहदे कोल हैगियां ने वो तुहाडा किस वक्त की प्रेजेंट कर सकदा एम्बेसी दे विच जिहदे विच वीजा चांसेस ऑलमोस्ट ज्यादा पैंदे ने सो सारे साहब प्रोग्राम नूं समाप्ति करन वाला समां आ रिहा पर एक छोटा सवाल पूछा जाऊंगा पंजाब दे विच कॉन्ट्रैक्ट मैरिजेस बहुत चल रही ने पर कई जेन्युइन मैरिजेस भी ऐसी होंदियां ने जिहदे विच लड़की ऑलरेडी अप्लाई करना चाहुंदी है लड़की ने वीजा ले लिया हुंदा है फिर पेरेंट्स सोचते चलो कुड़ी नूं कल्ली नूं क्यों भेजना कुड़ी दा ब्याह करदी है वो ब्याह कर देंदे ने उस तों बाद कुछ समां बाद जदों मुंडा अप्लाई करदा है अपना डिपेंडेंट वीजा या स्पाउसल ओपन पर तो वीजा अफसर के मन कि आ जाता है कि कॉन्ट्रैक्ट मैरिज का नहीं पहला कुड़ी का वीजा आया फिर महीने दो महीने बाद ब्याह होया तो हूँ डिपेंडेंट ना जा रहा है तो कि इमीग्रेशन फ्लाइट का नहीं इदा के चैलेंज भी आते हैं जी बिल्कुल सर ये बहुत आम सिनेरियो हैगा कि जिथे कि जिहड़ा स्पाउस का वीजा लगन तो बाद मैरिज की होंगी है सो यही सिचुएशन में हैंडल करना कई बार ऑब्वियसली मुश्किल हो जाता है बट जे असी सही तरीके से डॉक्यूमेंटेशन प्रोड्यूस करिए उन्होंने रिलेशनशिप में लैके जिमें असी पहला दस्या सीगा कि मैरिज ऑफ कन्वीनियंस नू जस्टिफाई करन दे भी काफ़ी सारे डॉक्यूमेंट्स ने उन्होंने रिलेशनशिप उन्होंने कम्युनिकेशन उन्होंने पिक्चर्स उन्होंने सोसाइटी से उन्होंने प्रेजेंस यानी कि वो ईवेंट्स बहुत सारे गैदर उन्होंने कितने अटेंड किए होंगे है या उन्होंने सोशल मीडिया के उपर जो तुम एक अपना रिलेशनशिप ओपनली शेयर करते हैं हो सो एक बहुत बड़ा फैक्ट हों मटीरियल फैक्ट है कि जो कि रिलेशनशिप की जेन्युइननेस को प्रजेंट करता है क्योंकि जो थोड़ी मैरिज ऑफ कन्वीनियंस है कॉन्ट्रैक्ट है तो सोशल मीडिया से ओपनली शेयर नहीं करोगे जी सो गुरिंदर सिंह हुणी जो कि दसूहा होया सी अज उन्होंने तुम बुलाया पेशे वजो खेतीबाड़ी करते हैं जिन्हों का स्पाउसल ओपन वर्क परमिट लगा उस तो बाद मिस्टर विक्की ने तुम्हारी मुलाकात कराई जो कि नकोदर तो सी जो कि कैटरिंग का काम करते हैं सरबजीत सिंह हुणी जलंधर तो जो कि सिविल इंजीनियर से और प्रिंस कुमार जो कि दीनानगर तो आए हैं गुरदासपुर तो स्टाफ नर्सिंग प्राइवेट हॉस्पिटल सो यो कैंडीडेट से जो अब प्रेजेंट हुए अज इतने जिन्हों का स्पाउसल ओपन वर्क परमिट लगा इसके अलावा मिस्टर अमनदीप कुमार जो कि ऑलरेडी कल ट्रैवल करके से इस करके इतने नहीं आ पाए एक योगेश बग्गा कपूरथला तो वो भी अच्छे किसी कारण करके नहीं आ पाए पर कोशिश करेंगे अगली बार अगले शो के बुला दिए जेकर वो फिलहाल ट्रैवल ना किए हुए थे पर ऐसी बढ़िया सक्सैस स्टोरियां जो कि आने वाले दिनों में तुहाडे रूबरू करावांगे जो कंसल्टेंट तुहानू कहिंदा कि स्पाउसल ओपन वर्क परमिट नहीं लगता कितने ना कितने ज्ञान की घाट एक सीआईसीसी अप्रूव्ड मैंबर को सस्कैचुअन गवर्नमेंट को अप्रूव्ड मैंबर को अपना केस दर्ज कराओ और अपना कैनेडा जाने का सुपना पूरा करो अपने स्पाउस को मिलने का सुपना पूरा करो डिपेंडेंट वीजा अपलाई करने का स्टूडेंट वीजा अपलाई करने का टूरिस्ट वीजा अपलाई करने का और विजिटर वीजा अपलाई करने का द इमीग्रेशन लॉन्च तो मिस्टर जति सानी जी अब साढ़े स्टूडियो में आए कुछ कैंडिडेट्स को बुलाया इन्हों का स्पाउसल ओपन वर्क परमिट लगे उन्होंने बहुत बहुत मुबारक द इमीग्रेशन लॉन्च की टीम में बहुत बहुत मुबारक जति जी और प्रिंस कुमार थोड़े बहुत बहुत शुक्रिया थैंक यू मनीष थैंक यू